ਮੇਰੀ ਵਾਲੀ ਨੂੰ ਕਹਿ ਦੇ ਤੇਰੀ ਗੱਲ ਕਰਾ ਦੂ। ਜਿਹਦੇ ਨਾਲ ਗੱਲ ਕਰਵਾ ਦਾ, ਮੈਂ ਕਿਹੜਾ ਗੱਲਾਂ ਕਰਾਉਂਦੀ ਫਿਰਦੀ ਆ। ਭਜਾਈਏ ਐਂ ਤਾਂ ਅੜਿਆ ਹੋਇਆ ਕੰਮ ਤਾਂ ਕੱਢੇ ਦਿੰਦਾ। ਚੱਲ ਕੋਈ ਨਾ, ਗੱਲ ਤਾਂ ਮੈਂ ਕਰਵਾ ਦੂੰਗੀ, ਸਾਡੇ ਇਸ ਵਿਹੜੇ ਚੋਂ ਗਵਾਂਢਣ ਹੈਗੀ। ਰੋਜ਼ ਖਵਾ ਦਿਆ ਕਰੂੰ। ਖਵਾ ਦਿਆ ਕਰ। ਜੇ ਦੁਕਾਨ ਤੇ ਹੁੰਦੀ ਭੁੱਖੇ ਤਾਂ ਤੈਨੂੰ ਜੂਸ ਜਾ ਸਕਿਆਂਦਾ। ਹਾਂ ਸੋਕੇ ਦੇ ਬਾਈ, ਜੂਸ ਨੀ ਤੇਰਾ ਤਾਂ ਹੁਣ ਜਲੂਸ ਨਿਕਲੂਗਾ, ਜਲੂਸ ਆ। ਸਮਾਰ ਕੇ ਲਾ ਦੇ ਹੁਣ ਗੌਰ ਨਾਲ। ਉਹ ਲਾਲਾ ਜੀ ਲਾਣ ਤਾਂ ਲੱਗ ਰਿਹਾ। ਓਏ ਉਹ ਤਾਂ ਠੀਕ ਹੈ, ਪਤਾ ਹੈ ਆਏ ਹੈ ਕਿ ਨਾ, ਹੁਣ ਆਪਦੇ ਹੱਥ ਨਾਲ ਚੀਜ਼ ਲਾਵੇਂਗਾ, ਤੈਨੂੰ ਸਾਰਾ ਪਤਾ ਰਹੂਗਾ। ਹੁਣ ਤਾਂ ਇੱਥੇ ਆ ਚੀਜ਼ ਹੈ, ਇੱਥੇ ਆ ਸੌਦਾ ਪੂਰਾ ਲਿਆ ਕੇ ਦੇਖਤਾ। ਹੁਣ ਤਾਂ ਮੈਨੂੰ ਸਾਰਾ ਪਤਾ ਲੱਗ ਗਿਆ ਵੀ ਕਿੱਥੇ ਕਿਹੜੀ ਚੀਜ਼ ਪਈ ਹੈ, ਹੁਣ ਮੈਨੂੰ ਦੱਸਣ ਦੀ ਲੋੜ ਨਹੀਂ ਪੈਣੀ। ਹਾਂ ਫਿਰ ਹੁਣ ਤਾਂ ਆਪ ਦੇਖ ਪਏ ਨੇ, ਲਫਾਫੇ ਭਰੇ ਸਾਰਾ ਸੌਦਾ ਲਿਆ ਤਾਂ ਕੋਈ ਚੀਜ਼ ਘੱਟ ਨਹੀਂ। ਇਹ ਤਾਂ ਲਾਲਾ ਫਿਰ ਆਪਾਂ ਸਾਈਡ ਤੇ ਲਾ ਦੇਣੇ ਆ, ਹੁਣ ਇਹ ਤਾਂ ਸਾਰਾ ਚਿੜਤਾ ਦੂਆ ਸੌਦਾ ਦਾ, ਇਹ ਵਾਧੂ ਸਪਲਾਈ ਅੱਡ ਰੱਖ ਦੇਣੇ ਆਪਣੀ। ਹਾਂ ਇੱਧਰ ਰੱਖ ਦੇ ਉਰਿਆ। ਹਾਂਜੀ ਲਾਲਾ ਜੀ। ਆ ਬਾਹਰ ਰੰਗ ਤੱਕ ਨਾ ਗੱਲ ਬਣ ਗਈ। ਲਾਲਾ ਗੱਲ ਤਾਂ ਬਣਨੀ, ਉਹ 30,000-3,000 ਲੱਗ ਗਿਆ ਤੇ ਹੈ ਹੈ ਕੀ। ਓਏ ਮੈਨੂੰ ਤਾਂ ਐਂ ਸੀ ਕਿਤੇ ਮਸ਼ਹੂਰੀ ਮਸ਼ਹਾਰੀ ਵਾਲੇ ਮਹਾ ਆਪ ਕਰਕੇ ਤੂੰ ਮੈਨੂੰ ਪੁੱਛ ਤਾਂ ਲੈਂਦਾ। ਉਹ ਕਰਗੇ ਤਾਂ ਮਸ਼ਹੂਰੀ ਵਾਲੀ ਨੇ, ਉਹ ਕਹਿੰਦੇ ਅੱਧ ਸਾਡਾ ਅੱਧ ਤੁਹਾਡਾ। ਮਾ ਚੱਲ ਕੋਈ ਗੱਲ ਨੀ, ਊਂ ਤਾਂ 6,000 ਬਣਦਾ ਧੀਆ। ਅੱਛਾ ਹਾਂ, ਮਾ ਚੱਲ ਤਾਂ ਵਧੀਆ ਬਣ ਜੂ ਦੁਕਾਨ। ਪਤਾ ਕਿ ਇੰਨਾ ਧੱਕਾ ਨਾ ਕਰਿਆ ਕਰ, ਮੈਨੂੰ ਤਾਂ ਪੁੱਛ ਲਿਆ ਕਰ। ਉਹ ਕੋਈ ਨਾ ਲਾਲਾ, ਮੈਨੂੰ ਪਤਾ ਵੀ ਤੂੰ ਕਿਹੜਾ ਜਵਾਬ ਦੇਵੇਂਗਾ, ਇੰਨੇ ਤੇਰੇ ਪੁੱਛਦੇ ਕਰਦੇ ਅਗਲੇ ਵਗ ਜਾਂਦੇ, ਫਿਰ ਕਿਧਰੇ ਹੋਰ ਲੈ ਜਾਂਦੇ ਰੰਗ ਦੀਆਂ ਚੱਕ ਕੇ ਪੇਟੀਆਂ। ਠੀਕ ਹੈ ਫਿਰ, ਦੇ ਤੇ ਉਹਨਾਂ ਨੂੰ ਪੈਸੇ ਗੱਲੇ ਚੋਂ। ਹਾਂ ਨਮੇੜਤਾ ਤਾਂ ਮੈਂ ਕੰਮ। ਚੱਲ ਠੀਕ ਹੈ, ਐਂ ਕਹਿੰਦਾ ਸੀ। ਓਏ ਹੁਣ ਤਾਂ ਮੈਨੂੰ 20,000 ਨੂੰ ਲਵਾਤਾ ਥੁੱਕ, ਕਰਾ ਦੇ ਫਿਰ ਗੱਲ। ਕਿਹਾ ਤੀ ਲਾਲਾ, ਤੂੰ ਤਾਂ ਮੈਥੋਂ ਬਿਨ ਪੁੱਛੇ ਛੇੜ ਕੇ ਖੜ ਗਿਆ, ਵਿਚੋਲੇ ਬਿਨਾਂ ਨਹੀਂ ਗੱਲ ਬਣਦੀ ਹੁੰਦੀ। ਕਹੂੰਗਾ ਮੈਨੂੰ ਗਵਾਹੀ ਕਰਕੇ ਵੀ ਚੌੜ ਕਰਦੀ ਸੀ, ਮੈਂ ਤਾਂ ਕਰਾਊਗੀ ਗੱਲ, ਉਹ ਕਰਾਊਗੀ ਗੱਲ ਹੈਗੀ ਆ ਗਵਾਂਢਣ। ਕਰਾਊ ਕਦੋਂ? ਉਹ ਲਾਲਾ ਤੂੰ ਤਾਂ ਐਂ ਭਾਲਦਾ ਵੀ ਹੁਣੇ ਆ ਜੇ, ਉਹ ਟਾਈਮ ਲੱਗਦਾ ਹੁੰਦਾ ਮਾੜਾ ਮੋਟਾ, ਅਗਲੇ ਵੀ ਕੋਈ ਮਾੜਾ ਮੋਟਾ ਭਾਲੂਗੀ ਕੁਛ ਨਾ ਕੁਛ ਜਿਹਦੇ ਨਾਲ ਗੱਲ ਕਰਾਊਗੀ। ਉਹ ਜੇ ਟਾਈਮ ਟਾਈਮ ਚ 5-4 ਸਾਲ ਟਪਾਤੇ ਫਿਰ ਤਾਂ ਅਹੀ ਜੀ ਨਹੀਂ, ਮਹੀਨੇ ਚ ਤਾਂ ਹੋ ਜੂਗੀ ਗੱਲ ਤੇਰੀ, ਮਹੀਨਾ ਕਿ ਤਾਂ ਲੱਗ ਜੂਗਾ। ਮਹੀਨਾ ਜ਼ਿਆਦੇ ਆਇਆ ਹੈ, ਤੂੰ ਮੈਂ ਐ ਕਹਿੰਦਾ ਦੀਆ, ਥੋੜਾ ਮੋਟਾ ਤੂੰ ਵੀ ਦੇਖ ਲਿਆ ਕਰ ਪੁੱਛ ਪੁੱਛ ਕੇ। ਹੁਣ ਤਾਂ ਮੈਂ ਉਹਨੂੰ ਸਮਝਾਤਾ ਵੀ ਲਾਲਾ ਮੇਰੇ ਨਾਲ ਹੀ ਰਹਿੰਦਾ, ਕੋਈ ਚੱਕਰ ਨੀ, ਉਹਨੂੰ ਪਤਾ ਸਾਰੀ ਗੱਲਬਾਤ ਦਾ, ਵੀ ਹੋਈ ਨਾ ਉਹਦੇ ਮਗਰ ਪੈ ਜਾਗਾ। ਚਾਹੇ ਆ ਮੈਨੂੰ ਤੇਰੇ ਸਾਰੇ ਰੰਗ ਢੰਗ ਜੇ ਬਦਲੇ, ਕੁੜਤੇ ਪਜਾਮੇ ਤੋਂ ਗਰਮੀ ਹੋ ਰਹੀ ਹੈ, ਕੁੜਤਾ ਪਜਾਮਾ ਫਿਰ ਤੈਨੂੰ ਪਤਾ ਤੰਗ ਕਰਦਾ, ਗਰਮੀ ਆਉਂਦੀ ਹੈ। ਇਹ ਖੁੱਲੇ ਡੁੱਲੇ ਜੇ ਨੇ ਦਿੰਦੀ ਹੋਣੀ ਸਲਾਹਾਂ ਵੀ ਟੌਰ ਕੱਢ ਕੇ ਰੱਖਿਆ ਕਰ। ਉਹ ਆਹੋ ਹੀ ਗੱਲ ਹੈ, ਫਿਰ ਐਂ ਤਾਂ ਮਾੜਾ ਮੋਟਾ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਪਟਾਉਂਦੀ ਹੈ। ਫਿਰ ਮੈਂ ਵੀ ਬਟਾ ਲਾ, ਕਰਦੇ ਹਿੱਲਾ ਕੋਈ। ਕੋਈ ਨਾ ਮੈਂ ਕਰਦਾ ਤੇਰਾ ਹਿੱਲਾ, ਕਰਦਾ ਤੇਰਾ ਹਿੱਲਾ ਕਰੂੰ ਪੱਕਾ, ਦੇਖ ਲੈ ਫਿਰ ਉਈ ਕਿਤੇ ਕੱਚੀ ਕਰਦੇ। ਓਹੋ ਲਾਲਾ ਜਵਾਨਾਂ ਦੇ ਸੌਦੇ ਹੁੰਦੇ ਨੇ ਗੇ, ਚਾਹੇ ਮੈਨੂੰ ਤਾਂ ਕੁਛ ਹੋ ਜੇ ਉਹਦੇ ਨਾਲ ਗੱਲ ਕਰਾਣੀ ਪੈ ਜੇ, ਚਾਹੇ ਮੇਰੇ ਵਾਲੀ ਨਾਲ, ਹੋਰ ਬੋਲ, ਚਾਹੇ ਉਹਦੇ ਨਾਲ ਹੀ ਕਰਾਣੀ ਪੈ ਜੇ। ਪੱਕੀ ਗੱਲ ਹੈ? ਪੱਕੀ ਗੱਲ ਹੈ, ਦੇਖ ਲੈ ਮੁੱਕਰਦਾ ਤਾਂ ਨਹੀਂ। ਉਹ ਮੇਰਾ ਤਾਂ ਆਇਆ ਲਾਲਾ, ਹੁਣ ਰੌਲਾ ਪੈ ਗਿਆ ਸਾਰੇ ਪਿੰਡ ਚ, ਉਹ ਪਰਾਂ ਤੇਰਾ ਪੈ ਜੂ ਆਈ। ਹੈ ਹੈ ਜੀ, ਕੀ ਕਹਿੰਦਾ ਕੰਜਰਾ? ਉਹ ਮੈਂ ਕਹਿੰਦਾ ਵੀ ਮੇਰਾ ਤਾਂ ਸਾਰੇ ਪਿੰਡ ਨੂੰ ਪਤਾ ਲੱਗ ਰਿਹਾ ਹੁਣ ਵੀ ਤੇਰੀ ਕਰਾ ਦੂੰਗਾ ਗੱਲ ਉਹਦੇ ਨਾਲ। ਓਏ ਮੇਰਾ ਤਾਂ, ਮੈਂ ਤਾਂ ਇੱਕ ਗਲੀ ਚੋਂ ਟੋਕੀ ਦੀ ਮਰ ਗਿਆ, ਮੇਰਾ ਤਾਂ ਉਹਦੇ ਪਿੱਛੇ ਜਲੂਸ ਕਢਵਾਤਾ ਸੀ। ਉਹ ਕੋਈ ਨਾ, ਹੁਣ ਨਹੀਂ ਉਹ ਕਹਿੰਦੀ ਪੁਸਾ, ਹੁਣ ਨਹੀਂ ਕਹਿੰਦੀ। ਹਾਂ ਜਦ ਹੁਣ ਤੈਨੂੰ ਮਿਲੀ ਟੋਕ ਲਈ ਤੂੰ, ਕੋਈ ਚੱਕਰ ਨੀ, ਟੋਕ ਲਈ ਕੋਈ ਚੱਕਰ ਨੀ, ਤੂੰ ਐਂ ਕਹਿੰਦੀ ਕਹਿੰਦੀ ਭਰਜਾਈ ਬਣ ਕੇ ਕਰਾ ਦੇ ਗੱਲ ਕਿਸੇ ਨਾਲ, ਤੂੰ ਐਂ ਨਾ ਕਹੀ ਵੀ ਮੇਰੇ ਨਾਲ ਤੂੰ ਕਰ ਲੈ ਕਿਤੇ, ਫੇਰ ਤਾਂ 70 ਖਾ ਲੇਗਾ ਤੂੰ। ਐਂ ਤਾਂ ਕਾਹਨੂੰ ਕਹਿਣਾ, ਮੈਥੋਂ ਬਿਨਾਂ ਤਾਂ ਉਹ ਪੈਰ ਨੀ ਧਰਦੀ ਕਿਸੇ ਪਾਸੇ, ਮੈਥੋਂ ਬਿਨਾਂ ਤਾਂ ਪੈਰ ਨੀ ਧਰਦੀ ਕਿਸੇ ਪਾਸੇ।
ਚੱਲ ਠੀਕ ਹੈ ਫਿਰ ਤੂੰ ਸਿਫਾਰਿਸ਼ ਲਾ ਦੀ ਕੁਛ ਮੈਂ ਕਹਿ ਦੇਖ ਲੂ। ਹੁਣ ਤੂੰ ਐ ਕਹਿਣਾ ਮੈਂ ਸੁਨੀਤਾ ਆਈ ਸੀਗੀ ਉਹ ਐ ਕਹਿੰਦੀ ਲਾਲੇ ਨੂੰ ਭੇਜਦੀ ਰੋਟੀ ਖਾਣ ਵਾਸਤੇ, ਵੀ ਲਾਲੇ ਨੂੰ ਭੇਜਦੀ ਰੋਟੀ ਖਾਣ ਵਾਸਤੇ ਜਾਂ ਸੌਦਾ ਲੈ ਆ। ਤੇ ਰੋਟੀ ਤਾਂ ਮੈਂ ਖਾਇਆ ਨਾ ਉਹ ਗੌਰ ਰੱਖੀ। ਉਹ ਗੌਰੇ ਐ ਨਾਲੇ ਮੇਰੀ ਫੜ ਲਈ ਰੋਟੀ ਕਿੱਥੇ ਆਵਾਂ ਖਾਣ ਫਿਰ ਦੁਪਹਿਰੇ ਜੇ ਦੇਖ ਲੈ ਮੈਨੂੰ ਤਾਂ ਲੱਗਦਾ ਉੱਥੇ ਖਾਇਆ ਕਰ ਹੁਣ ਪਹਿਲਾਂ ਚੱਕ ਕੇ ਲਿਆਣੇ ਉਰੇ ਫੇਰ ਉੱਥੇ ਹੈ ਹੁਣ 12 ਤੋਂ 2 ਵਜੇ ਤੱਕ ਤਾਂ ਕੋਈ ਗਾਹਕ ਪੈਂਦਾ ਨਹੀਂ। ਅਸੀਂ ਕਹਿਣਾ ਵੀ ਹੁਣ ਤਾਂ ਕੋਈ ਨਹੀਂ ਗਾਹਕਾਂ ਦਾ, ਚੱਲੀਏ ਤੂੰ ਚੱਲ ਮੈਂ ਆਇਆ। ਚੱਲ ਤੂੰ ਆ ਜੀ ਫਿਰ ਬਾਅਦ ਜਿਤਨੀ ਮੈਂ ਰੋਟੀ ਤਿਆਰ ਕਰਾਂ। ਹਾਂ ਤਿਆਰ ਕਰਾ ਮੈਂ 10-20 ਮਿੰਟ ਬੈਠਿਆ ਉਰੇ। ਚੱਲ ਠੀਕ ਆ ਠੀਕ ਆ ਲਾਲਾ ਜੀ ਗੌਰ ਰੱਖੀ ਪੂਰੀ ਉਹ ਕੋਈ ਨਾ ਗੌਰੇ ਗੌਰ ਹੈ ਲਾਲੇ ਨੂੰ ਕੀ ਪਤਾ ਤੀਆ ਵੀ ਆਹ 3000 ਦਾ ਫਿਰ ਸੁੱਕ ਲਾਤਾ ਕੰਪਨੀਆਂ ਹੀ ਕਰ ਗਏ ਰੰਗ ਤਾਂ ਬਣ ਗਈ ਗੱਲ ਆ। ਲੈ ਜਾ ਕੇ ਆਉਣੀ ਆ ਦੁਕਾਨ ਤੇ ਉਹ ਤਾਂ ਚਾਤਰਾ ਕਹਿੰਦਾ ਸੀ ਕਹਿੰਦਾ ਸਮਾਨ ਸੌਦਾ ਲੈ ਆਣਗੇ ਸੌਦਾ ਲੈ ਆਉਂਗੀ ਹੁਣ ਗਈ ਬਾਈ। ਕਿਵੇਂ ਟੇਡੇ ਟੇਡੇ ਹੀ ਦੇਖੀ ਇਹਨਾਂ ਦਾ। ਸਤਿ ਸ੍ਰੀ ਅਕਾਲ ਭਰਜਾਈਏ। ਸਤਿ ਸ੍ਰੀ ਅਕਾਲ ਇੱਥੋਂ ਤਾਂ ਸ਼ਰੀ ਨਹੀਂ ਮੈਂ ਬੁਲਾ ਦਿੰਦਾ। ਲੈ ਮੈਂ ਹੁਣ ਤੈਨੂੰ ਬੁਲਾਉਂਦੀ ਰਹੂੰਗੀ ਸਤਿ ਸ੍ਰੀ ਅਕਾਲ। ਕਿਉਂ ਹੋਰ ਹੁਣ ਤਾਂ ਰਾਹ ਗਲੀ ਚੁਣ ਕੇ ਹੇਰਨ ਲੱਗ ਗਿਆ ਮੈਨੂੰ। ਹਲੇ ਪਰਛਾਈਏ ਕੀ ਕਹਿਨੀ ਐ ਕਾਨੂੰ ਕੋ ਦਾ ਦਿਨ ਮੈਨੂੰ ਚਾਤਰੇ ਨੇ ਸਿਫਾਰਿਸ਼ ਲਾਈ ਤੇ ਕਹਿੰਦਾ ਉਹਨਾਂ ਦੇ ਘਰੇ ਕਲੇਸ਼ ਪੈ ਜਾਊਗਾ ਮੈਂ ਤਾਂ ਚੁੱਪ ਕਰ ਗਈ। ਓਹੋ ਫਿਰ ਚਾਤਰਾ ਮੇਰੀ ਬੰਦਾ ਚਾਤਰੇ ਨੇ ਕਿਹਾ ਤੀ ਕਹਿੰਦਾ ਮੇਰੇ ਵਾਲੀ ਨੂੰ ਕਹਦੇ ਤੇਰੀ ਗੱਲ ਕਰਾ ਦੂ। ਕਿਹਦੇ ਨਾਲ ਗੱਲ ਕਰਵਾ ਦਾ ਮੈਂ ਕਿਹੜਾ ਗੱਲਾਂ ਕਰਾਉਂਦੀ ਫਿਰਦੀ ਆਂਗੀ। ਭਜਾਈਏ ਐਂ ਤਾਂ ਅੜਿਆ ਹੋਇਆ ਕੰਮ ਤਾਂ ਕੱਢੇ ਦਿੰਦਾ ਹੁਣ ਮੈਂ ਤਾਂ ਕਿੱਡਾ ਮਾਣ ਕਰਕੇ ਤੈਨੂੰ ਕਿਹਾ ਚੱਲ ਤੂੰ ਤਾਂ ਉਹਦੇ ਗਲਤ ਸਮਝ ਗਈ। ਚੱਲ ਕੋਈ ਨਾ ਗੱਲ ਤਾਂ ਮੈਂ ਕਰਵਾ ਦੂੰਗੀ ਸਾਡੇ ਇੱਥੋਂ ਵਿਹੜੇ ਚੋਂ ਗਵਾਂਢਣ ਹੈਗੀ ਅੱਛਾ ਉਹ ਜਾ ਰਹੀ ਹੈਗੀ ਪਿੰਡ ਜਾ ਰਹੀ ਹੈ ਉਹ ਪੇਕੇ ਜਾ ਰਹੀ ਹੈ ਆਪਦੇ ਕਹਿ ਕੇ ਦਿਨ ਲਾ ਕੇ ਆਊ ਇਹ ਨਹੀਂ ਪਤਾ ਉਹ ਤਾਂ ਘਰ ਵਾਲਾ ਐਵੇਂ ਹੈਗਾ ਫੰਡਰ ਜਾਗਾ। ਅੱਛਾ ਹਾਂ ਪਰ ਉਹ ਨਾ ਥੋੜੀ ਜਿਹੀ ਲਾਲਚਣ ਜ਼ਿਆਦੇ ਨਾਲ ਤਾਂ ਸੌਦਾ ਦੇਣਾ ਪਊਗਾ। ਲਾਲਚਣ ਜ਼ਿਆਦੇ ਹਾਂ ਇਹ ਤਾਂ ਕਿਤੇ ਕੰਮ ਹੀ ਨਾ ਖਰਾਬ ਕਿਤੇ ਉਹੀ ਦੁਕਾਨ ਢੋਲੇ ਹੁਣ ਭਜਾਈਏ ਤੇਰੇ ਨਾਲ ਤਾਂ ਜਵਾਬ ਖਾਂਦਾ ਉਹ ਕਰਨਾ ਹੀ ਪਊਗਾ ਖਾਣ ਪੀਣ ਨੂੰ ਦੇਣਾ ਪਊਗਾ ਉਹਦੇ ਨੂੰ ਐਂ ਤਾਂ ਦੇ ਦਾਂਗੇ ਫਿਰ ਹਿਸਾਬ ਨਾਲ ਚੱਲੇ ਕਿਤੇ ਜਮੀ ਹਿਸਾਬ ਨਾਲ ਚੱਲੂਗੀ ਕਹਿ ਦਾਂਗੇ ਥੋੜਾ ਜਿਹਾ 65% ਦੇ ਦਿਆ ਕਰੋ। ਹਾਂ 65% ਦੇ ਦਿਆ ਕਰੋ ਥੋੜਾ ਜਿਹਾ ਸਮਾਨ ਤੋਂ ਪੈਸੇ ਤਾਂ ਕਿਤੇ ਵੀ ਆ ਗਈ ਦੇਣਾ ਪਊ ਖਰਚਾ ਪਾਣੀ ਤਾਂ ਲਾਲਾ ਜੀ ਜਿਆਦਾ ਇਹਨਾਂ ਨੂੰ ਪਹਿਲੀ ਉਹ ਕਰਦੀ ਚਮੜਾ ਦੀ ਕੰਮ ਚਮੜਾ ਨਹੀਂ ਮੈਂ ਚੱਲ ਗੱਲ ਕਰ ਲੂੰਗੀ ਆ ਜੂਗੇ ਉਹ ਪਹਿਲਾਂ ਦੇ ਨਾ ਵਰਤ ਕੇ ਤਾਂ ਦੇਖਾਂਗੇ ਵੀ ਕਹੀ ਦੀ ਕਿਤੇ ਹੋਈ ਪਹਿਲੀ ਵਾਰੇ ਸਿਰ ਤੇ ਚੜਦੀ ਫਿਰ ਤਾਂ ਨਹੀਂ ਔਖੀ ਹੋ ਜੇ। ਚੱਲ ਫਿਰ ਗੱਲ ਕਰ ਲੂੰ ਕੋਈ ਨਾ ਮੈਂ ਹਾਂ ਹਾਂ ਹੁਣ ਤੂੰ ਕਿੱਦਾਂ ਕਹਿਣੀ ਹੈ ਹਨ ਤਾਂ ਗਰਮੈਸ਼ੀ ਵਾਲੀ ਹੋ ਰਹੀ ਸੀ ਕਿ ਮੈਂ ਉਹ ਠੰਡ ਜੀ ਪਾਉਣ ਵਾਸਤੇ ਲੈ ਕੇ ਆਉਂਦੀ ਸੀ। ਅੱਜ ਤਾਂ ਕੀ ਗੱਲ ਹੈ ਭਜਾਈਏ ਠੰਡ ਤਾਂ ਬਈ ਮੈਂ ਐਂ ਤਾਂ ਉਹਨੂੰ ਕਹਿੰਦੀ ਤੂੰ ਤਾਂ ਹੋਰ ਕੁਝ ਸਮਝ ਜਾਣਾਗਾ ਉਹ ਕਹਿੰਦੀ ਕਿ ਮੈਂ ਤਾਂ ਚੀਰਾ ਗੁੰਦ ਜਿਹਾ ਲੈਣ ਜਾਂਦੀ ਤੀ ਦੁਕਾਨ ਤੋਂ ਫੇ ਤੂੰ ਐਂ ਕਿ ਆਪਣੀ ਦੁਕਾਨ ਤੇ ਘੱਟ ਹੈ ਤੂੰ ਤਾਂ ਮੇਰੇ ਨੂੰ ਵੀ ਹਜ਼ਾਰ ਆਨਾਗਾ ਜਾਂ ਦਾ ਕਾਨੂੰ ਮਹਲੇ ਕਿਤੇ ਆ ਧੁੱਪੇ ਖੜਿਆ ਮਾ ਤਾਂ ਕਿਤੇ ਜਾਦੇ ਉਹ ਕਹਿੰਦੀ ਵੀ ਠੰਮਾ ਲੈ ਛਾਉ ਜੀ ਕਰ ਦਿੰਨਾ ਏ ਜੀ ਉੱਠ ਕੇ ਬਸ ਮੈਂ ਧੁੱਪੀ ਠੀਕ ਆਂ ਕੋਈ ਨਾ ਧੁੱਪੀ ਠੀਕ ਆ ਇਹਦੀ ਧੁੱਪੀ ਠੀਕ ਆ ਐ ਕੀ ਲੋਹੇ ਦੀ ਬਣੀ ਹੋਈ ਐ ਕੋਈ ਨਾ ਜਾਵਾਂ ਫਿਰ ਹੁਣ ਮੈਂ ਹੈ ਜਾਵਾਂ 2-4 ਮਿੰਟ ਹੋਰ ਗੱਲਾਂ ਮਾਰ ਲੈਂਦੀ ਐਂ ਟਾਈਮ ਪਾਸ ਹੋ ਜਾਂਦਾ ਕਾਹਨੂੰ ਹੁੰਦਾ ਟਾਈਮ ਪਾਸ ਲੋਕ ਦੇਖ ਲੈਣਗੇ ਕੋਈ ਆਉਂਦਾ ਜਾਂਦਾ ਦੁਪਹਿਰਾ ਹੋਰ ਗੱਲਾਂ ਬਣਾਉਣਗੇ ਕਿਉਂ ਤੂੰ ਕਹਿ ਨਹੀਂ ਕਦੇ ਮੈਂ ਤਾਂ ਲਾਲਾ ਜੀ ਨੂੰ ਪੁੱਛਦੀ ਸੀ ਲਾਲੇ ਨਾਲ ਗੱਲਾਂ ਇੱਥੇ ਸੌਦੇ ਦੇ ਹਿਸਾਬ ਹੋਣਗੇ ਜੇ ਅਗਲੇ ਨੂੰ ਪਾਈ ਵੀ ਗੱਲ ਕਹਿੰਦੇ ਵੀ ਇਸ ਹਿਸਾਬ ਕਰਦੇ ਸੀ ਗੱਲ ਕਹੂ ਰਾਹਾਂ ਚ ਹਿਸਾਬ ਹੁੰਦੇ ਹੁੰਦੇ ਨੇ ਹਿਸਾਬ ਦੀ ਗੱਲ ਨਹੀਂ ਕਰਦਾ ਕਹਿੰਦੇ ਮੈਂ ਤਾਂ ਖੁਦ ਵੀ ਲਾਲਾ ਜੀ ਦੁਕਾਨ ਕਿਤੇ ਬੰਦ ਕਰਕੇ ਤਾਂ ਨਹੀਂ ਆ ਗਏ ਮੈਂ ਤਾਂ ਤੁਹਾਡੇ ਲਵੇ ਜਾਂਦੀ ਸੀ ਕਹਿੰਦੇ ਤਾਂ ਇਹਨੂੰ ਰੋਕ ਲਿਆ ਪੁੱਛ ਲੈ ਅਗਲਾ ਕਹੂਗਾ ਦੁਕਾਨ ਦਾ ਵੀ ਤੂੰ ਇੰਨਾ ਟਾਈਮ ਖੜ ਕੇ ਪੁੱਛੇਂਗੀ ਗਲੀਆਂ ਚ ਮੇਰੇ ਬੰਦੇ ਦਾ ਸੁਭਾਅ ਨਹੀਂ ਹੈਗਾ ਜੇ ਕਿਸੇ ਨੇ ਉਂਗਲੀ ਲਾਤੀ ਤਾਂ ਮੈਨੂੰ ਦਾੜ ਦਾੜ ਭੰਨ ਦੂਗਾ ਲੈ ਪੀ ਕੇ ਤਾਂ ਉੱਠਦਾ ਨਹੀਂ ਹੈਗਾ ਕੀ ਸਵਾਹ ਤੈਨੂੰ ਕੁੱਟੂਗਾ ਮਨ ਕਰੇ ਤੂੰ ਕੁੱਟਦੀ ਹੋਣੀ ਉਹਨੂੰ ਰੋਜ਼ ਕਾਹਨੂੰ ਕੁੱਟਦੀ ਆ ਹੈ ਕੋਈ ਨੰਬਰ ਤੇ ਕੁੱਟੀ ਜਾਂਦੀ ਹੈ ਕਹਿੰਦੀ ਮੇਰਾ ਬੰਦਾ ਦੇੜ ਦੇੜ ਚੱਲ ਚੰਗਾ ਹੈ
ਜਾਨੀ ਆ ਮੈਂ ਤਾਂ ਬਗ ਜਾ ਹੁਣ ਦੱਸ ਕੇ ਜਾਵੇਂਗੀ ਤੂੰ ਅੱਜ ਬੋਲੀ ਤਾਂ ਠੀਕ ਹੈ ਮੈਂ ਲੱਗਦਾ ਕਰਾ ਦੂ ਗੱਲ ਤਾਂ ਚੱਲ ਮੈਂ ਕਰਦੀ ਹਾਂ ਬਾਹਰ ਜਾ ਮੈਂ ਦਿੰਦੀ ਹਾਂ ਘਰੇ ਜਾਊਗਾ ਅੰਦਰ ਕੀ ਕਰਾਂ ਸਾਰਾ ਦਿਨ ਕੰਮ ਨੂੰ ਨਿਬੜਦਾ ਹੈਗਾ ਉੱਥੇ ਤਾਂ ਦੋ ਕਮਰੇ ਸੀਗੇ ਗਦਾ ਗਦਾ ਝਾੜੂ ਲਾ ਦਿੰਦੇ ਤੀ ਗਦਾ ਗਦਾ ਪੋਚਾ ਲਾ ਦਿੰਦੇ ਤੇ ਬਹੁਤ ਔਖਾ ਹੋਰੇ ਤਾਂ ਪੋਚਾ ਲਾਉਣਾ ਨਹੀਂ ਰਹਿ ਜਾਂਦੀ ਮੇਰੀ ਤਾਂ ਚੱਲ ਐਂ ਕਰੂੰਗੀ ਹੋਰ ਕੁਛ ਨਹੀਂ ਕਰਦੀ ਸੋਕੀ ਦੇ ਬਾਈ ਨੂੰ ਆ ਜਾਂਦੇ ਮੈਂ ਤਾਂ ਸੋਕੀ ਦੇ ਬਾਈ ਨੂੰ ਐਂ ਕਹੂੰਗੀ ਵੀ ਦੇਖ ਮੇਰੇ ਤੋਂ ਤਾਂ ਨਹੀਂ ਲੱਗਦਾ ਝਾੜੂ ਨਾ ਮੇਰੇ ਤੋਂ ਲੱਗਦੇ ਪੋਚੇ ਆਪਦਾ ਪੋਚਾ ਲਾਉਣ ਵਾਲੀ ਨੂੰ ਪੁੱਛਣਾ ਕਿਸੇ ਨੂੰ ਫਿਰ ਕੀ ਹੁੰਦਾ ਗਾ ਲੈ ਲਿਆ ਕਰੂਗੀ ਹਜ਼ਾਰ ਲੈ ਲਓ 2000 ਲੈ ਲਓ ਆਪਾਂ 2500 ਰੁਪਏ ਲੈ ਲਏ ਕੋਈ ਚੱਕਰ ਨਹੀਂ ਮੈਂ ਸੋਕੀ ਦੇ ਬਾਈ ਨੂੰ ਕਹਿ ਦੂੰਗੀ ਇੱਕ ਸੂਟ ਘੱਟ ਲੈ ਕਰੂੰਗੀ ਫਿਰ ਕੀ ਗੱਲ ਹੈ ਹਰਬੜਿਆ ਉਹ ਕੀ ਕਹਿਣਾ ਮੈਂ ਪੋਚੇ ਵਾਲੀ ਲਾ ਲਾ ਹਾਏ ਹਾਏ ਦਮ ਨਿਕਲਿਆ ਪਿਆ ਗਾ ਹਜੇ ਰੋਟੀ ਬਣਾਉਣੀ ਹੈਗੀ ਸੋਕੀ ਦਾ ਬਾਈ ਰੋਟੀ ਖਾਣ ਆਊਗਾ ਚੱਲ ਹੁਣ ਤਾਂ ਰੋਟੀ ਵੱਧ ਖਾਣ ਲੱਗ ਗਈ ਮੈਂ ਫਿਰ ਸਾਰਾ ਦਿਨ ਝਾੜੂ ਪੋਚਾ ਲਾਉਂਦੀ ਰਹਿੰਦੀ ਹਾਂ ਭੁੱਖ ਲੱਗਿਆ ਹੁੰਦੀ ਹੈਗੀ ਓਹੋ ਇੱਕ ਗਰਮੀ ਜ਼ਿਆਦਾ ਹੋ ਰਹੀ ਹੈ ਐਂ ਹੋ ਰਿਹਾ ਸਿਰੇ ਨੇ ਕੱਢ ਕੇ ਝਾੜੂ ਪੋਚਾ ਜੇ ਕੋਈ ਰੋਟੀ ਲਾ ਕੇ ਦੇ ਦੇ ਮੈਂ ਏਸੀ ਹੋਏ ਕਮਰੇ 'ਚ ਬੈਠ ਕੇ ਰੋਟੀ ਖਾਲਾਂ ਆਰਾਮ ਨਾਲ ਬਹਿ ਜਾ ਇਹ ਸੁਪਨਾ ਵੀ ਪੂਰਾ ਪਤਾ ਨਹੀਂ ਹੋਊਗਾ ਪਤਾ ਇੰਨਾ ਜੇ ਨਾ ਸੋਕੀ ਦਾ ਬਾਈ ਮੰਨਿਆ ਮੈਂ ਤਾਂ ਐਂ ਕਰੂੰਗੀ ਉਹਦੀ ਸੋਕੀ ਨੂੰ ਫੋਨ ਕਰ ਦੂੰਗੀ ਵੀ ਸੋਕੀ ਤੂੰ ਕਹਿ ਦੇ ਤੇਰੇ ਬਾਈ ਨੂੰ ਮੈਂ ਪੈਸੇ ਪਾ ਦੂੰਗਾ ਕੀ ਬੋਲੀ ਜਾਂਦੀ ਹੈ ਇਕੱਲੀ ਮੈਂ ਤਾਂ ਕੁਛ ਨਹੀਂ ਬੋਲਦੀ ਸੋਕੀ ਦੇ ਬਾਈ ਐਂ ਕਹਿੰਦੀ ਸੀਗੀ ਚੱਲ ਫਿਰ ਦੱਸਦਾ ਕਿ ਹੁਣੀ ਦੱਸਦਾ ਪਾਣੀ ਨੀ ਪੁੱਛਿਆ ਧਾਣੀ ਨੀ ਪੁੱਛਿਆ ਮੈਂ ਐਂ ਕਹਿੰਦੀ ਸੀ ਹੈ ਇੱਥੇ ਖੜਾ ਲਿਆ ਤੂੰ ਹਾਂ ਪਹਿਲਾਂ ਤੂੰ ਹੀ ਦੱਸ ਦੇ ਕੀ ਕਹਿੰਦੀ ਸੀ ਮਾਸਾ ਝਾੜੂ ਲਾਇਆ ਗਾ ਹਜੇ ਪੋਚਾ ਲਾਉਣਾ ਬਾਕੀ ਹੈਗਾ ਦੋ ਕੁ ਕਮਰੇ ਚ ਤਾਂ ਲਾਤਾ ਆ ਰਹਿ ਗਿਆ ਉਹਨਾਂ ਮਸਾ ਹੀ ਫਿਰ ਉਹ ਤਾਂ ਕਹਿੰਦੀ ਚੌੜੀ ਹੋ ਕੇ ਕੋਠੀ ਲੈ ਲੈ ਕੋਠੀ ਲੈ ਲੈ ਹੈ ਹੁਣ ਛੇਤੀ ਮਿਆਕ ਗਈ ਸੋਕੀ ਦਵਾਈ ਕੋਠੀ ਤਾਂ ਚੱਲ ਹੁਣ ਵਧੀਆ ਲੱਗਦੇ ਕੋਠੀ ਚ ਆਪਾਂ ਵੀ ਵਧੀਆ ਲੱਗਦੇ ਹੈ ਨਾ ਹੁਣੀ ਲੱਗਦੇ ਚੌ ਜਾ ਮੈਨੂੰ ਬਥੇਰਾ ਚੌ ਆ ਕੋਠੀ ਦਾ ਪਰ ਇੱਕ ਗੱਲ ਹੋਰ ਆ ਮੈਨੂੰ ਪੋਚਾ ਲਾਉਣਾ ਔਖਾ ਲੱਗਦਾ ਸੋਕੀ ਦਵਾਈ ਤੁਸੀਂ ਐਂ ਕਰੋ ਪੋਚੇ ਵਾਲੀ ਪੁੱਛ ਲਓ ਤਾਂ ਹੈ ਪੋਚੇ ਵਾਲੀ ਪੁੱਛ ਲਓ ਇੱਕ ਪੋਚਾ ਲਾ ਦਿਆ ਕਰੂਗੀ ਕੰਮ ਵਾਲੀ ਤੂੰ ਆਹ ਦੇਖ ਲੈ ਏਡੀ ਗੋਗੜ ਪੈਰੀ ਹੈ ਮਾੜਾ ਮੋਟਾ ਠੀਕ ਹੋ ਜੂਗਾ ਸਰੀਰ ਆਪ ਲਾਇਕ ਮੈਂ ਤਾਂ ਲੱਗਦਾ ਨਹੀਂ ਹੈਗਾ ਪੋਚਾ ਕਈ ਵਾਰ ਜੀ ਐ ਮਸਾ ਗੋਰਨੀ ਲਾ ਲਾ ਕੇ ਪੋਚਾ ਲਾਉਂਦੀ ਹੈਗੀ ਫਿਰ ਉਹ ਦੂਜਾ ਲਿਆ ਜਿਹੜਾ ਖੜੇ ਖੜੇ ਲੱਗ ਜਾਂਦਾ ਉਹਦੇ ਨਾਲ ਵਧੀਆ ਨਹੀਂ ਲੱਗਦਾ ਮੇਰੇ ਤਾਂ ਪਸੰਦ ਨਹੀਂ ਹੈਗਾ ਉਹ ਪੋਚਾ ਚੱਲ ਤੁਸੀਂ ਜੇ ਲਾ ਲਓਗੇ ਪੋਚਾ ਹੀ ਲਵਾ ਲਓ ਫਿਰ ਤੁਸੀਂ ਦੋਵਾਂ ਹੀ ਕਿਉਂ ਕਰ ਦਿਆਂਗੇ ਤੂੰ ਤਾਂ ਉਂਗਲ ਫੜ ਕੇ ਪਹੁੰਚਾ ਫੜਦੀ ਹੈ ਕੁਛ ਨਹੀਂ ਹੁੰਦਾ ਹਾਂ ਪਹਿਲਾਂ ਕੋਚੀ ਦੇ ਪੈਸੇ ਲਵਾਤੇ ਇਹਨੇ ਹੁਣ ਕਹਿੰਦੀ ਪੋਚੇ ਵਾਲੀ ਚਾਹੀਦੀ ਹੈ ਕੱਲ ਨੂੰ ਫਿਰ ਕਹੇਗੀ ਰੋਟੀ ਪਕਾਉਣ ਵਾਲੀ ਅੱਜ ਚਾਹੀਦੀ ਹੈ ਸੋਕੀ ਦਵਾਈ ਮੈਨੂੰ ਨਾ ਐ ਕਹੋ ਵੀ ਕੋਟੀ ਤੇ ਪੈਸੇ ਲਵਾਤੇ ਮੈਨੂੰ ਤਾਂ ਦੱਸਿਆ ਵੀ ਨਹੀਂ ਦੀਗਾ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਦੀਗਾ ਫਿਰ ਕਿੱਦੇ ਦੀ ਤਾਂ ਜਾਣ ਖਾਰ ਗਈ ਦੀ ਫਿਰ ਆਪਾਂ ਸਹਿਰ ਚ ਨਾ ਕੋਠੀ ਲੈਂਦੇ ਚੱਲ ਠੀਕ ਹੈ ਤੂੰ ਰੋਟੀ ਖਵਾ ਦੇ ਪਾਣੀ ਨਹੀਂ ਪੁੱਛਿਆ ਧਾਣੀ ਨਹੀਂ ਪਹਿਲਾਂ ਬਾਹਰ ਚ ਘੇਰ ਕੇ ਖੜ ਗਈ ਪਰ ਅਸੀਂ ਤਾਂ ਕਹਿੰਦੇ ਆ ਵੀ ਮੈਂ ਰੋਟੀ ਬਣਾ ਕੇ ਰੱਖਾਂ ਤੁਹਾਡੇ ਆਉਂਦੇ ਨੂੰ ਜੇ ਝਾੜੂ ਪੋਚੇ ਵਾਲੀ ਹੋਵੇ ਨਾਲੇ ਉਹਦੀ ਰੋਟੀ ਲੈ ਕੇ ਜਾਣੀ ਹੈ ਕਿਹਦੀ ਚਾਤਰੇ ਦੀ ਹਾਏ ਵੇ ਰੱਬਾ ਇਹ ਵੀ ਪੰਗਾ ਗਾ ਚਾਤਰੇ ਰੋਟੀ ਵੀ ਬਣਾਉਣੀ ਪਊਗੀ ਉਹ ਵੀ ਆਪਣੇ ਪੰਗਾ ਕੀ ਹੈ ਜਦ ਕੰਮ ਆਪਣੇ ਕਰਦੇ ਰੋਟੀ ਵੀ ਆਪਣੇ ਖਾਊ ਸਾਰੇ 7 ਫੁਲਕੇ ਪੱਕਦੇ ਸੀਗੇ ਸਵੇਰੇ ਹਾਏ ਆ ਹੁਣ ਦੇਖ ਅੱਤ ਨੇ 5 ਫੁਲਕੇ ਹੁੰਦੇ ਨੇ ਸਵੇਰੇ 7 ਫੁਲਕੇ ਹੁੰਦੇ ਦੀ ਆਪਣੇ ਉਹ ਖਾਂਦਾ ਰੋਟੀਆਂ 10 ਰੋਟੀਆਂ ਖਾ ਜਾਂਦਾ ਗਾ ਫਿਰ ਉਹ ਤਾਂ ਖਾਊਗੀ ਹੁਣ ਭੁੱਖਾ ਥੋੜੀ ਮਰਨਾ ਹੈ ਜਿੰਨੀ ਕੁ ਖਰਾਕ ਹੈ ਲੈ ਤੂੰ ਐ ਕਰ ਉਰੇ ਧੁੱਪੇ ਖਾ ਤੂੰ ਮਚਾਈ ਜੰਨੀ ਆ ਰੋਟੀ ਪਾ ਕੇ ਦੇ ਦੇ ਮੈਂ ਵੀ ਜਾਣਾ ਲੈ ਸੋਕੀ ਦੇ ਬਾਈ ਆ ਰਹਿ ਗਿਆ ਉਰੇ ਤਾਂ ਧੁੱਪ ਚੜ ਗਈ ਪੂਰੇ ਤਾਂ ਮੈਂ ਪੈਪ ਲਾ ਕੇ ਪੈਪ ਮਾਰ ਦੂੰਗੀ ਹਾਂ ਚੱਲ ਬਾਅਦ ਚ ਕਰ ਲਈ ਜਿਹੜਾ ਕੁਝ ਕਰਨਾ ਪਹਿਲਾਂ ਆ ਜਾ ਰੋਟੀ ਖਾ ਲ ਚਲ
ਜਾ ਮੈਂ ਟਾਈਮ ਨਾਲ ਦੁਕਾਨ ਤੇ। ਓਹੋ ਤੂੰ ਕਿਹਨੇ ਕਰਤੀ ਬਾਰੇ ਸੋਕੀ ਦੇ ਬਾਈ, ਹੁਣ ਕੀ ਹੋ ਗਿਆ? ਓਹੋ ਆ ਰੋਟੀ ਤਾਂ ਲਈ, ਤੁਸੀਂ ਕਹਿੰਦੇ ਰੋਟੀ ਲੈ ਕੇ ਜਾਣੀ ਆ ਉਹਦੀ। ਬੇਸੁਰੀ ਜਾ, ਤੈਨੂੰ ਕਿਹਾ ਵੀ ਪਿੱਛੋਂ ਬਾਜ ਨੀ ਮਾਰਦੇ ਹੁੰਦੇ ਬੰਦੇ ਨੂੰ ਜਦੋਂ ਜਾਂਦਾ ਹੋਵੇ। ਦੁਕਾਨ ਤੇ ਜਾਣਾ ਸੋਕੀ ਦੇ ਬਾਈ, ਹੁਣ ਦੱਸ ਤੁਸੀਂ ਕਿੱਥੇ ਜਾਣਾ ਗਾ? ਲਿਆ ਫੜਾ ਦੇ ਸੱਟਾ ਤਾਂ ਉਹਦੀ ਰੋਟੀ ਦਾ ਭੁੱਲੇ ਗਿਆ। ਆ ਚਾਹ ਆ ਗਈ, ਬਿੰਦੇ ਤੋਂ ਮੈਂ ਫੇਰ ਆਉਂਗੇ ਚਾਹ ਲੈਣ। ਹੁਣ ਆਪਣੀ ਚਾਹ ਪੀ ਲਈ, ਉਹ ਤਾਂ ਸੋਡੀ ਵੀ ਇਹਦੇ ਵਿੱਚ ਪਾਈ ਹੋਈ ਹੈ। ਹੁਣੇ ਰੰਜ ਕੱਟਤੀ। ਓਹੋ ਹੁਣ ਬਿੰਦੇ ਬਿੰਦੇ ਫੇਰ ਆਉਂਗੇ ਉਰੇ? ਉਹ ਐਂ ਸੀ ਫਿਰ ਚਾਹ ਦਾ ਟਾਈਮ ਤੇ ਚਾਹ ਪੀਵਾਂਗੇ, ਹੁਣ ਰੋਟੀ ਖਾ ਕੇ ਹਟਿਆ, ਹੁਣੇ ਨਾਲ ਦੀ ਨਾ ਚਾਹ ਦੀ ਵੀ ਰੰਗ ਨਹੀਂ ਹੁੰਦਾ। ਉਹ ਤਾਂ ਇਹੀ ਪੀ ਲੂਗਾ, ਉਹਨਾਂ ਨੂੰ ਕੀ ਪਤਾ ਲੱਗਦਾ ਗਾ। ਇਹ ਜੀ ਗੌਰ ਰੱਖੀ ਕਿਤੇ ਬਾਹਰ ਭੱਜੀ। ਠੀਕ ਹੈ, ਤੁਸੀਂ ਨੇ ਬਾਹਰੇ ਕੱਢਤੀ ਸੋਕੀ ਦੇ ਬਈ, ਨਹੀਂ ਇਹ ਅੰਦਰੇ ਰਹਿੰਦੀ ਸੀ। ਆ ਜਾ ਅੰਦਰ, ਆ ਜਾ ਪੁੱਤ, ਆ ਜਾ ਚੱਲ ਅੰਦਰ, ਆ ਜਲਦੀ ਚੱਲ ਚੱਲ ਅੰਦਰ, ਹਾਂਜੀ ਅੰਦਰ। ਮੈਂ ਕਰ ਸੁਨੀਤਾ, ਸੋਕੀ ਦਾ ਬਾਈ ਤਾਂ ਗਿਆ ਬਾਗਾ ਦੁਕਾਨ ਤੇ, ਰੋਟੀ ਵੀ ਲੈ ਗਏ, ਹੁਣ ਇਹ ਆਉਂਦੇ ਹੈਗੇ। ਮੈਂ ਤਾਂ ਦਿਮਾਗ ਤੋਂ ਕੰਮ ਲਿਆ, ਚਾਹ ਵੀ ਨਾਲੇ ਦਿੱਤੀ, ਇਹ ਬਿੰਦਕ ਨੂੰ ਚਾਹ ਲੈਣ ਆਉਂਦੇ। ਤੂੰ ਹੁਣ ਖਾ ਕੇ ਰੋਟੀ ਨਾ, ਤੂੰ ਵੀ ਚੱਲ ਅੰਦਰ ਲੈ ਕਰ, ਉੱਥੇ ਚੱਲੂਗੀ ਹੁਣ ਤਾਂ ਮੈਂ। ਜੇ ਉਰੇ ਏ ਸੀ ਦਾ ਤਵਾ ਪੈ ਗਿਆ ਮੈਨੂੰ ਤਾਂ ਉਰੇ ਹੀ ਪਿਆ ਕਰੂੰਗੀ, ਹਜੇ ਉੱਥੇ ਏ ਸੀ ਕਿਹੜਾ ਪੱਟਿਆ ਦਾ ਹੈ, ਉੱਥੇ ਏ ਸੀ ਲਾ ਕੇ ਪਈ ਜੂੰਗੀ। ਲੰਘ ਗਈ ਲੰਘ ਗਈ, ਉੱਦਾਂ ਰੋਟੀ ਖਾ ਲਾ, ਨਹੀਂ ਭੁੱਖੀ ਮਰੀ ਜਾਵੇਗੀ ਉੱਥੇ। ਖਾ ਦੋ ਰੋਟੀ, ਆ ਜਾ ਆ ਜਾ ਆ ਜਾ, ਤੂੰ ਵੀ ਖਾ ਲਾ ਰੋਟੀ, ਭੱਜਿਆ। ਬੜਾ ਆਪ ਲਿਓ ਕੋਈ ਕੰਮ ਲੈ ਲੈ, ਕੁਛ ਨੀ ਹੁੰਦਾ। ਸਮਝ ਗਈ? ਲਾਲਾ ਤਾਂ ਆਜੂ ਬਾਅਦ ਚ, ਐਵੇਂ ਰੱਖੀ, ਹਾਂ ਜਾ ਫਿਰ ਤੂੰ ਹੁਣ। ਚੰਗਾ ਲੈ, ਲਾਲੇ ਤੇ ਤਾਂ ਪੈ ਗਈ ਸਕੀਮ, ਦੇਖੀ ਤਾਂ ਫਿਰ ਚਾਤਰੇ ਦਾ ਦਿਮਾਗ ਚੱਲਦਾ ਵੀ ਕਿਵੇਂ ਚੱਲਦਾ ਹੁਣ। ਲੈ ਛੇਤੀ ਲੈ ਕੇ ਚੱਲਾ, ਰੋਟੀ ਭੁੱਖਾ ਮਰਨ ਲੱਗ ਰਿਹਾ ਹੁਣ। ਮਤਲਬ ਲਾਲਾ ਜੀ ਤੁਹਾਡੇ ਕੋਲ ਹੀ ਆਉਂਦੀ, ਤੁਹਾਡੇ ਘਰੇ ਗੱਲ ਕਰਨੀ ਸੀ ਤੁਹਾਡੇ ਨਾਲ। ਹੈ ਬੜੀ ਕਰੀ ਜਾ ਕੇ ਗੱਲ ਕਰੇਂਗੀ ਉਹਦੇ, ਮੈਂ ਤੈਨੂੰ ਕਹਿੰਦਾ ਤੀ ਗੱਲ ਕਰ ਲੈ, ਹੈ ਉੱਤੇ ਦਾ ਜਵਾਬ। ਆਏ ਨਹੀਂ ਕਹਿੰਦੀ ਤੀ ਹੋਰ ਗੱਲ ਕਰਨੀ ਕਿ ਮੈਂ ਤੇਰੇ ਨਾਲ। ਆ ਜਾ ਫਿਰ ਉਹ ਗਲੀ ਚ ਤੱਕ ਵੀ ਦੇਖ ਲਵਾ, ਅੰਦਰ ਬਹਿ ਕੇ ਆਪਣੀ ਘਰ ਪੁਰਾਣਾ ਇੱਥੇ ਬਹਿ ਕੇ ਗੱਲ ਕਰ ਲੈਨੇ। ਆ ਜਾ ਚੱਲ, ਆ ਜਾ ਆ ਜਾ ਭਰਜਾਈਏ। ਚੱਲ ਬਾਲਾ ਅੰਦਰ ਕੀ ਕਰੂੰ, ਮੇਰੀ ਗੱਲ ਸੁਣ। ਪਤਾ ਕੀ ਹੈ, ਗਲੀ ਚ ਤਾਂ ਬੁਰੇ ਲੱਗਦੇ ਸੀ, ਹੈ ਹੁਣ ਉਰੇ ਸਮਾਰ ਕੇ ਗੱਲ ਕਰ ਲਾਂਗੇ। ਹਾਂ ਹੁਣ ਦੱਸ। ਉਹ ਗਵਾਂਢਣ ਆ ਗਈ ਸੀ ਸਾਡੀ ਕੱਲ। ਅੱਛਾ ਆ ਗਈ? ਹਾਂ ਮੈਂ ਉਹਦੇ ਨਾਲ ਗੱਲ ਕਰੀ ਸੀਗੀ। ਅੱਛਾ, ਮੈਂ ਕਿਹਾ ਲਾਲਾ ਗੱਲ ਕਰਨ ਨੂੰ ਕਹਿੰਦਾ ਗਾ। ਫਿਰ ਕੀ ਕੀ ਮੈਂ ਤੈਨੂੰ ਸੌਦਾ ਪੱਤਾ ਦਵਾਈ ਜਾਊਗਾ, ਮੈਂ ਦੁਕਾਨ ਚ ਚੱਕ ਲਿਆ ਕਰੀ। ਉਹ ਕਹਿੰਦੀ ਮੈਂ ਦੇਖ ਕੇ ਜਾਊਂਗੀ, ਮੈਂ ਉਹਨੂੰ ਦੱਸਤਾ ਸੀਗਾ ਮੈਂ ਥੋੜਾ ਜਿਹਾ ਬੁੜਾ ਜਾਗਾ। ਹੈ ਮੈਂ ਬੁੜਾ ਜਾਗਾ ਥੋੜਾ ਜਿਹਾ? ਘਰ ਬੰਦਿਆਂ ਨੀ ਮੰਗਦੇ ਪਹਿਲੀਆਂ ਆ ਗਏ, ਕੋਈ ਨਾ ਤੇਰਾ ਤਾਂ ਭਰਜਾਈ ਮਾਨ ਤਾਨ ਕਰੂੰਗਾ। ਹੈ ਤੇਰਾ ਸੁਨੀਤਾ ਨਾਲ ਵੀ ਪੈਂਡਾ ਛਡਾਉਂਗੀ ਮੈਂ, ਹੋਰ ਹੁਣ ਉਹ ਤਾਂ ਇੰਨੀ ਮੋਟੀ ਆ ਜਿਹੜੀ ਮੈਂ ਲੈ ਕੇ ਆਉਂਗੀ ਲੰਮੀ ਲੂੰਜੀ ਐ
ਪਤਲੀ ਪਤਲੀ ਬਲਾਈ ਸੋਹਣੀ ਹੈਗੀ। ਅੱਛਾ ਹਾਂ ਤੇਰੇ ਵਾਂਗੂ ਥੋੜੀ ਤਾਂ ਜਰਕਦੇ ਨੇ ਕਹਿਤਾ ਕਹਿੰਦੀ ਉਹਦਾ ਬੁਰਾ ਨਾਲੇ ਬੰਦਾ ਚਾਹੁੰਦਾ ਤੂੰ ਤਾਂ ਸਾਰੇ ਭੰਤੀ ਗੱਲ ਜੀ ਕਰਗੀ ਕਾਹਨੂੰ ਕਰਗੀ ਲਾਉਣਾ ਤਾਂ ਮਾੜਾ ਮੋਟਾ ਤਾਂ ਕਹਿਣਾ ਹੀ ਪਊਗਾ ਅਗਲੀ ਆ ਕੇ ਕਹਿ ਦੂਗੀ ਤਾਂ ਸੀਵਨ ਚ ਜਾਣ ਵਾਲਾ ਹੋ ਰਹੇਗਾ। ਚੱਲ ਦੇਖ ਤਾਂ ਜਾਊ ਦੇਖ ਕੇ ਕੀ ਕੱਢੂ ਹੈ ਲਾਗਲੀ ਦੇਖੂਗੀ ਤਾਂ ਮਾੜੇ ਮੋਟੇ ਨਖਰੇ ਤਾਂ ਦਿਖਾਉਂਦੀ ਹੁੰਦੀਆਂ ਨੇ ਤੀਵੀਆਂ। ਅੱਛਾ ਆਹੋ ਨਖਰੀ ਵਾਲੀ ਹੈ ਆਹੋ ਬਲਾਈ ਨਖਰਾ ਗਾ ਸੋਹਣੀ ਬਥੇਰੀ ਹੈਗੀ ਪਤਲੀ ਪਤਲੀ ਹੈ ਹਾਏ ਹਾਏ ਜਮਾ ਪਤਲੀ ਪਤਲੀ ਜਮਾ ਤੂੰ ਕਿਹੜਾ ਮੋਟੀ ਹੈ ਤੂੰ ਵੀ ਪਤਲੀ ਹੈ ਤੂੰ ਹੁਣ ਮੇਰੇ ਤੇ ਅੱਖ ਨਾ ਰੱਖਿਆ ਕਰ ਮੈਂ ਇੱਥੋਂ ਪੈਂਡਾ ਛਡਾਉਣ ਦੀ ਮਾਰੀ ਤੇਰੀ ਗੱਲ ਕਰਵਾ ਰਹੀ ਹੈਗੀ ਮੈਂ ਪੈਂਡਾ ਛਡਾਉਣ ਨੂੰ ਮੈਂ ਤੈਨੂੰ ਦੱਸ ਕੀ ਕਹਿੰਦਾ ਪਤਾ ਹੀ ਫਿਰ ਉਹ ਤਾਂ ਹੁਣ ਸਪਾਰਸ ਲਾਣਾ ਤੇ ਲਵੇ ਤਤਰੇ ਨੇ ਕਿਹਾ ਸੀ ਕਹਿੰਦਾ ਉਹਦੀ ਭਰਜਾਈ ਨੂੰ ਕਹਦੇ ਕਹਿੰਦਾ ਚਲੋ ਮੈਂ ਲੈ ਕੇ ਆਉਂਗੀ ਨਾਲੇ ਹੈ ਲੈ ਕੇ ਆਉਂਗੀ ਮੈਨੂੰ ਕਹਿ ਕ ਵਜੇ ਲੈ ਕੇ ਆਵਾਂਗੀ ਵੱਜ ਜਾਣ ਕਿ ਤਿੰਨ ਚਾਰ ਕ ਤਾਂ ਤਿੰਨ ਚਾਰ ਚੱਲ ਠੀਕ ਹੈ ਦੁਕਾਨ ਚ ਆ ਜੀ ਨਾਲੇ ਦਾੜੀ ਦੋੜੀ ਜੀ ਕਾਲੀ ਕਰ ਲਈ ਆਪਦੀ ਦਾੜੀ ਦੂੜੀ ਤਾਂ ਕੁਛ ਨੀ ਹੋਇਆ ਆਈ ਤਾਂ ਫੇਰ ਦੋ ਦਿਨਾਂ ਨੂੰ ਚਿੱਟੀ ਆ ਜੂ ਆਏ ਤਾਂ ਫਿਰ ਮੈਂ ਰੋਜ਼ ਆਹੀ ਕੰਮ ਤੇ ਰੱਖਿਆ ਕੇਰਾਂ ਤਾਂ ਪੱਟਣ ਵੇਲੇ ਤਾਂ ਕਰਨਾ ਪਊਗਾ ਤੈਨੂੰ ਐਵੇਂ ਤਾਂ ਕੋਈ ਨਾ ਦੇਖੂਗਾ ਜੇ ਟਾਈਮ ਲੱਗਿਆ ਮੈਂ ਉਹਦੀ ਰੋਟੀ ਵੀ ਠੰਡੀ ਹੋ ਗਈ ਚਤਰੇ ਦੀ ਰੋਟੀ ਪਰ ਚੱਲ ਐਂ ਕਰ ਚਤਰੇ ਨੂੰ ਤਾਂ ਛੱਡ ਜਾ ਤੈਨੂੰ ਹੀ ਖਵਾ ਦਿੰਦਾ ਖਾ ਲਾ ਮੈਂ ਉਹ ਤਾਂ ਭੁੱਖ ਹੀ ਲੱਗ ਗਈ ਪਰੌਂਠੇ ਨਹੀਂ ਚੱਲ ਇੱਕ ਅੱਧੀ ਖਾ ਲਾਂਗੇ ਹੋਰ ਚਤਰੇ ਦਾ ਕਿਧਰੇ ਨਹੀਂ ਦੁਕਾਨ ਚੋਂ ਝੁਲਸ ਲੂਆ ਜੇ ਕੁਛ ਖਾਣਾ ਹੋਇਆ ਆ ਜਾ ਤੈਨੂੰ ਰੋਟੀ ਖਵਾ ਕੇ ਤੈਨੂੰ ਆਉਂਦਾ ਤਾਂ ਨਹੀਂ ਕੋਈ ਉਰੇ ਹੈ ਕਿਤੇ ਗੱਲਾਂ ਜਿਹਾ ਆਪਣਾ ਕਰੇ ਐਂ ਕੌਣ ਆ ਜੂ ਕਿਸੇ ਦੀ ਕੀ ਤਾਕਤ ਹੈ ਆ ਜਾ ਲੋਕ ਗੱਲਾਂ ਜਿਹਾ ਬਣਾ ਲੈਣ ਰੋਟੀ ਗੱਲਾਂ ਕਾਦੀਆਂ ਬਣਾਣਗੇ ਪਰੌਂਠੇ ਖਵਾਣਾ ਤੈਨੂੰ ਦੱਸ ਚੱਲ ਹਾਂ ਵਿਚੋਲੇ ਦਾ ਤਾਂ ਮਾਨ ਅਦਰ ਕਰਦੀ ਹੁੰਦਾ ਅਗਲਾ ਪਰੌਂਠੇ ਬਹੁਤ ਸਵਾਦ ਤੇ ਲਾ ਲਾ ਇੰਨੇ ਸਵਾਦ ਪਰੌਂਠੇ ਬਣਾਉਂਦੇ ਸੁਨੀਤਾ ਰੋਜ਼ ਖਵਾ ਦਿਆ ਕਰੂੰ ਖਵਾ ਦਿਆ ਕਰ ਲੈ ਪੀ ਲੈ ਪਾਣੀ ਤੂੰ ਤੇ ਇੱਕ ਚਾਹ ਪੀਤੀ ਚਾਹ ਤੀ ਹਰ ਚਲ ਇਹ ਬਾਅਦ ਚ ਪੀ ਲੂੰਗੀ ਹੈ ਬਾਅਦ ਚ ਪੀ ਲੂੰਗੀ ਮੈਨੂੰ ਲੱਗਦਾ ਇਹ ਤਾਂ ਨਹੀਂ ਚਟਲੇ ਵਾਸਤੇ ਕੁਛ ਕਰ ਗਈ ਪਰ ਇੱਕ ਗੱਲ ਹੋਤੀ ਜੇ ਦੁਕਾਨ ਤੇ ਹੁੰਦੀ ਉੱਥੇ ਤਾਂ ਤੈਨੂੰ ਜੂਸ ਜਾਸ ਪਿਆਂਦਾ ਹਾਂ ਸੋਕੀ ਦੇ ਬਾਈ ਜੂਸ ਨਹੀਂ ਤੇਰਾ ਤਾਂ ਹੁਣ ਜਲੂਸ ਨਿਕਲੂਗਾ ਜਲੂਸ ਹੈ ਹਾਏ ਨਾ ਨਹੀਂ ਮੇਰੀ ਸੁਪਨੇ ਤੇ ਕਸਰੇ ਨਹੀਂ ਛੱਡੀ ਕੋਈ ਹੁਣ ਉਰੇ ਆ ਕੇ ਵੀ ਬੈਠ ਗਈ ਕਾਹਨੂੰ ਗੱਲ ਤਾਂ ਸੁਣ ਲੈ ਕੀ ਗੱਲ ਸੁਣਾ ਆਪਦੀ ਅੱਖੀ ਦੇਖ ਲੈ ਸਾਰਾ ਕੁਛ ਇਹ ਤਾਂ ਗੱਲ ਕਰਨ ਆਈ ਸੀ ਗੱਲ ਕਰਨ ਹਾਂ ਗੱਲ ਮੈਂ ਮੇਰਾ ਬਜੋ ਮਤ ਕਹਿੰਦੇ ਮਰ ਜਾਣਾ ਤੂੰ ਗੱਲ ਤਾਂ ਸੁਣ ਲੈ ਓਏ ਮੇਰਾ ਬਾਪ ਮਰ ਜਾ ਮੈਂ ਗੱਲ ਤਾਂ ਸੁਣ ਲੈ ਕੀ ਗੱਲ ਸੁਣਾ ਹਾਏ ਸੁਣਨਾ ਵੀ ਬਾਕੀ ਰਹਿੰਦੀ ਆ ਤਾਂ ਉੱਧਰ ਤਾਂ ਆ ਕੇ ਘਰਾਂ ਦੀ ਝੂਠੀ ਸੌਂਖ ਆ ਗਈ ਜੀ ਇਹ ਸੱਤੇ ਜਵਾਕਾਂ ਦਿਖਾ ਗਈ ਪਰ ਆਪ ਗਲੇ ਵਾਂਗੂ ਡਿੱਗ ਗਏ ਨੇ ਪੁੱਤੀ ਦੇ ਜਵਾਕ ਇਹਨੇ ਕਿਹੜੇ ਸੁੱਕਾ ਸੁੱਕੇ ਲੈਤੇ ਨੇ ਸੋਹਾ ਖਾਈ ਜਾਂਦੇ ਉਹਨਾਂ ਦੀਆਂ ਗੱਲ ਤਾਂ ਸੁਣ ਲੈ ਇਹ ਤਾਂ ਛੱਡੀ ਹੈ ਬਿਲਕੁਲ ਸਹੀ ਹੈ ਨਾ ਸਹੀ ਆ ਘਰੇ ਬੈਠੀ ਆ ਰੋਟੀਆਂ ਖਾਣ ਲੱਗ ਰਹੀ ਨਾ ਚਤਰੇ ਰੋਟੀ ਸੱਚੀ ਗੱਲ ਕਹਿੰਦਾ ਸੀ ਚਤਰਾ ਸੱਚੀ ਕਹਿੰਦਾ ਸੀ ਕਹਿੰਦਾ ਮੇਰੇ ਤੱਕ ਤਾਂ ਰੋਟੀਆਂ ਨਹੀਂ ਪਹੁੰਚਦੀ ਤੁਸੀਂ ਤਾਂ ਏਸੇ ਨੂੰ ਪਰੌਂਠੇ ਖਵਾਈ ਜਾਂਦੇ ਹੋਗੇ ਕਾਹਨੂੰ ਪਹਿਲੀ ਵਾਰ ਖਵਾਏ ਨੇ ਅੱਜ ਤੇਰੇ ਪਰੌਂਠੇ ਪਤਾ ਕੀ ਆ ਆ ਦੇਖ ਲੈ ਕਿੰਨੀ ਗੋਗੜ ਕੱਢ ਰਹੀ ਆ ਖਾ ਖਾ ਕੇ ਪਰੌਂਠੇ ਓਹੋ ਇਹ ਤਾਂ ਪਤਾ ਕੀ ਹੈ ਕੀ ਦੱਸਾਂ ਸੋਪੀ ਨਾ ਮਰਦਾ ਜੀ ਕੋਟ ਤੂੰ ਗੋਕਟ ਕੇ ਮਾਰ ਰਹੀ ਹੈ ਮਾਜੂਗਾ ਗੱਲਾਂ ਤਾਂ ਪਤੀ ਮਰੇ ਜਾਓ ਮੈਂ ਤਾਂ ਕਹਿੰਦੀ ਰੱਬ ਕਰਕੇ ਮੈਂ ਤਾਂ ਰੰਡੀ ਆ ਠੀਕ ਆ ਹਾਏ ਮੇਰੇ ਪਾ ਮੈਂ ਜਾਣਾ ਸੁਜਾ ਦੇ ਮੈਂ ਜਾਣਾ ਨਹੀਂ ਪਏ ਇਹਨੂੰ ਸਮਝਾ ਦੇ ਨਾ ਉਹ ਆ ਖਰਾਬ ਹੋ ਗਿਆ ਪਾਣੀ ਲਾ ਦੇ ਕਾ ਪਾਣੀ ਜਾ ਤੂੰ ਨਾ ਜਾ
ਫੇਰ ਆਉਂਦੀ ਆ ਐ ਕਹਿ ਕੇ ਗਈ ਅਗਲੀ ਹਲੇ ਗੱਲ ਤੇਰੇ ਗੱਦੀ ਭੱਜ ਗਈ ਤੇ ਤਾਂ ਗੱਲ ਵੀ ਨੀ ਕਰਨ ਦਿੱਤੀ ਹਜੇ ਗੱਲ ਹੋਈ ਨੀ ਸਾਡੀ ਹੋਈ ਨੀ ਛੋਲੇ ਮੋਲੇ ਜਾ ਮੇਰੀ ਗੱਲ ਜਿਹੜੀ ਗੱਲ ਮੁੱਦੇ ਵਾਲੀ ਉੱਥੇ ਆਣੇ ਨੀ ਦਿੰਦੀ ਹਜੇ ਆਏ ਨੀ ਹੈਗੇ ਮੁੱਦੇ ਤੇ ਤੂੰ ਮੇਰਾ ਦਿਮਾਗ ਨਾ ਖਰਾਬ ਕਰ ਮੇਰੀ ਗੱਲ ਤਾਂ ਸੁਣ ਲੈ ਮਰ ਜੂੰਗੀ ਸੋਕੀ ਤਾਂ ਬਾਈ ਤੇ ਨਾਲੇ ਤੈਨੂੰ ਮਾਰ ਦੂੰਗੀ ਬਾਕੀ ਰਹਿ ਗਿਆ ਕੁਛ ਸਾਰਾ ਕੁਛ ਸਭ ਅੱਖਾਂ ਨਾਲ ਦੇਖ ਲਿਆ ਉਹ ਤਾਂ ਘਰ ਪੁੱਛਦੀ ਦੀ ਕਹਿੰਦੀ ਮੈਨੂੰ ਦੇ ਦੇ ਹਾਏ ਕਹਿੰਦੀ ਘਰ ਦੇ ਦੇ ਹੁਣ ਘਰ ਦੀ ਨਾ ਕਰਾਉਣ ਸਰਦੀ ਆ ਤੁਸੀਂ ਆ ਜਾ ਕਰੋਗੇ ਠੀਕ ਆ ਚੱਕ ਕੇ ਪਹਿਲਾਂ ਤਾਂ ਰੇੜੀ ਵਾਲੇ ਨੂੰ ਬੁਲਾ ਕੇ ਬੈਠੋ ਤੇ ਘਰ ਉਧਰਲੇ ਘਰ ਠੀਕ ਆ ਨਾਲੇ ਪਟਾਵੇ ਉਹ ਰੇਸੀ ਉਰੇ ਮੈਂ ਤਾਂ ਬਸ ਮੰਜਾ ਡਾ ਕੇ ਬਹਿ ਜਾ ਕਰੂੰਗੀ ਆ ਕੇ ਗਰਮੀ ਚ ਉਰੇ ਬੈਡ ਚੱਕ ਦੋ ਬਸ ਕਿਰਾ ਨਾਲੇ ਤਾਂ ਕਹਿੰਦੀ ਉਰੇ ਇੱਕ ਬੈਡ ਰੱਖ ਦੇ ਹੈ ਵੀ ਕਦੇ ਪੈਣਾ ਖੜਨਾ ਪੈ ਜਾਂਦਾ ਆਪਣਾ ਘਰ ਹੈ ਫਲਾਣਾ ਧਮਕਾ ਹੁਣ ਉਹ ਤਾਂ ਮੇਰੇ ਵਾਸਤੇ ਨੀ ਪੈਣ ਖੜਨ ਨੂੰ ਸੋਕੀ ਤੇ ਬਾਈ ਉਹ ਤਾਂ ਉਰੇ ਦੇ ਤੀਵੀਆਂ ਲੱਗ ਗਈਆਂ ਹੁਣ ਬਸ ਤੂੰ ਗੱਲਾਂ ਕਿਹੜੀਆਂ ਕਰੀ ਜਾਂਦੀਆਂ ਕਿਉਂ ਦਿਮਾਗ ਖਰਾਬ ਕਰੀ ਜਾਂਦੀ ਹੈ ਮੇਰਾ ਸੋਕੀ ਤੇ ਬਾਈ ਮੈਂ ਤਾਂ ਜਾਣੀ ਆ ਕੇਸ ਕਰੂੰਗੀ ਮੈਂ ਤਾਂ ਤੁਹਾਡੇ ਤੇ ਕੇਸ ਨੀ ਗਲਤਾ ਛੁਣੋ ਨਾ ਮੈਂ ਤਾਂ ਕੇਸ ਲਾਉਂਗੀ ਮੋਨਿਕ ਕਚਹਿਰੀਆਂ ਚ ਕੇਸ ਲਾਉਂਦੀ ਆ ਵਕੀਲ ਮੇਰੀ ਗੱਲ ਸੁਣੋ ਦੇ ਬੇਟਾ ਨਿਚੜੀ ਹਾਂ ਕਰਦੀ ਜਿਹੜਾ ਕੁਛ ਕਰਨਾ ਮੇਰੀ ਤਾਂ ਗੱਲ ਸੁਣਦੀ ਨਹੀਂ ਆਪਦੀ ਘੋੜਾ ਭਜਾ ਰਖਿਆ ਉਹ ਤਾਂ ਕਿਰਾਏ ਤੇ ਘਰ ਮੰਗਦੀ ਸੀ ਵੀ ਘਰ ਸਮਿਆ ਰਹੂਗਾ ਮੈਂ ਨਹੀਂ ਕਿਰਾਏ ਤੇ ਘਰ ਦਿੰਦੀ ਹੈਗੀ ਹੈ ਨਹੀਂ ਦਿੰਦੀ ਕਿਰਾਏ ਤੇ ਕੱਲਾਂ ਸੋਨੂੰ ਕਿਰਾਏ ਤੇ ਮੰਗ ਲੂਗੀ ਤੁਸੀਂ ਵੀ ਵਗ ਜੀਓ ਮੈਨੂੰ ਮੰਗ ਲੂ ਕਿਰਾਏ ਸੋਕੀ ਦੇ ਬਾਈ ਤੈਨੂੰ ਐ ਲੱਗਦਾ ਧੌਲਿਆਂ ਦੀ ਸ਼ਰਮ ਸੋਚ ਲੈ ਤੂੰ ਤਾਂ ਜਿਵੇਂ ਠਰਕ ਗਿਆ ਹੈ ਧੌਲਿਆਂ ਦੀ ਸ਼ਰਮ ਸੋਚ ਲਓ ਆਸ ਕੀ ਕਰਨਾ ਟਾਈਮ ਨੀ ਹੈਗਾ ਸੋਕੀ ਦੇ ਬਾਈ ਜਾਣ ਦੇ ਮੈਂ ਆਸ ਕੀ ਕਦੋਂ ਕਰਦਾ ਆਸ ਕੀ ਤਾਂ ਕਰਦਾਗਾ ਹੋਰ ਕੀ ਕਰਦਾਗਾ ਸਿਆਣਾ ਬਿਆਣਾ ਹੋ ਰਿਹਾ ਹੁਣ ਸ਼ਰਮ ਮੰਨਣੀ ਚਾਹੀਦੀ ਆ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਆ ਦੇਖ ਪਤਾ ਲੱਗ ਗਿਆ ਮੈਨੂੰ ਕੀ ਲੱਗ ਗਿਆ ਹੈਗੀ ਤੁਸੀਂ ਟਰਕੀ ਹੋਣਾ ਮੈਂ ਤਾਂ ਗੱਲਾਂ ਕਰ ਲੈਣਾ ਨਾ ਇਹਨੂੰ ਰੋਟੀ ਕਦੋਂ ਭਾਈ ਇਹਨਾਂ ਨੇ ਘਰ ਰੋਟੀ ਨਹੀਂ ਕੀਤੀ ਮੈਂ ਤਾਂ ਉਹੀ ਪੁੱਛ ਲਿਆ ਉਹ ਕਿਤੇ ਨੂੰ ਭੁੱਖ ਲੱਗ ਰਹੀ ਸੀ ਉਹਦਾ ਵੀ ਪਰੌਂਠਿਆਂ ਦੇਖ ਕੇ ਜੀ ਕਰਿਆ ਆ ਚਾਹ ਤਾਂ ਉਮੀ ਪਈ ਹੈ ਸਾਰੀ ਚਟਨੀ ਸਾਰਾ ਗੁੱਛਾ ਤਾਰ ਲਿਆ ਮੇਰੇ ਤੇ ਬਿਨਾਂ ਗੱਲ ਤੋਂ ਮੇਰਾ ਜੀ ਖਤਮ ਆ ਮਾਰ ਕੇ ਟੀਪਾ ਸਿਰ ਪਾੜਨਾ ਤੁਹਾਡਾ ਗੱਲ ਵੀ ਨੀ ਜਮੀ ਕਮਾਲ ਕਰਤੀ ਸੋਕੀ ਦੇ ਪਾਈ ਨੇ ਪੂਰੀ ਲਾ ਕੇ ਪੂਰੀ ਆ ਗਈ ਤੂੰ ਗੱਲ ਸੁਣ ਲੈ
ਬਾਹਰ ਕੱਢੋ ਜਲੂਸ ਕਰਦੀ ਐ ਅੰਦਰ ਗੱਲ ਕਰ ਲੈ ਜਿਹੜੀ ਮੈਂ ਰੌਲਾ ਪਾਉਂਗੀ ਸੌਖੀ ਦਾ ਭਾਈ ਵਿਗੜ ਗਿਆ ਸੌਖੀ ਦਾ ਭਾਈ ਵਿਗੜ ਗਿਆ ਕਰਕੇ ਤੋਂ ਜਿਹੜਾ ਵਾਲੀ ਵਿਗੜ ਗਿਆ ਤਾਂ ਪਤਾ ਲੱਗ ਜੇ ਲੋਕਾਂ ਨੂੰ ਵਧੀਆ ਗਾ ਮੈਂ ਜਾਂਦੀ ਹੈਗੀ ਤੂੰ ਹੁਣ ਸੇ ਅੰਦਰ ਨਾ ਹੋਇਆ ਕੋਈ ਨਾ ਚੱਲ ਮੇਰੇ ਕੋ ਮਾਰ ਕਰ ਕਈ ਨਾ ਗੱਲ ਕਰ ਲੈ ਛੋਟ ਕਈ ਨਾ ਗੱਲ ਕਰਨ ਵਧੀਆ ਲੋਕਾਂ ਨੂੰ ਵੀ ਤਾਂ ਪਤਾ ਲੱਗੇ ਉਹਨੇ ਸਾਰੇ ਗਵਾਂਢੀ ਨਿਗਰ ਰੱਖਿਆ ਕਰਨਗੇ ਨਾਲੇ ਕਿਉਂ ਜਲੂਸ ਕਰਦੀ ਐ ਦੁਕਾਨ ਤੇ ਕੋਈ ਨਹੀਂ ਆਣਾ ਛੋਟਾ ਲੈਣ ਨਾ ਆਉਣਾ ਅਸਾਂ ਫਿਰ ਉਰੇ ਆਉਣਾ ਉਰੇ ਕਿਹੜੇ ਸੌਦੇ ਵੇਚ ਦਾਦੀ ਕਦੋਂ ਹਾਏ ਹੋਏ ਮੇਰਾ ਰੱਬਾ ਉਹ ਤਾਂ ਹੋਰੀ ਮਿਲ ਗਈ ਬਾਅਦ ਚ ਮਹਲੇ ਚਲ ਅੰਦਰ ਬਹਿ ਕੇ ਗੱਲ ਕਰ ਲੈਂਦੇ ਅੱਛਾ ਉਹ ਧੁੱਪ ਜਾਦੇ ਹੋ ਰਹੀ ਸੀ ਧੀਮੀਆਂ ਨੂੰ ਹਾਂ ਅੰਦਰ ਏਸੀ ਵਾਲੇ ਕਮਰੇ ਚ ਬਹਿ ਕੇ ਗੱਲਾਂ ਕਰਿਆ ਕਰ ਧੀਮੀਆਂ ਨੂੰ ਤੁਸੀਂ ਫਿਰ ਖੇ ਧੁੱਪ ਜਵਾਰ ਕਿੱਥੇ ਖੜਦਾ ਕਹਿੰਦੀ ਮਾਂ ਚਲ ਨਾਲੇ ਘਰ ਦੇਖ ਲੂਗੀ ਹਾਂ ਘਰ ਦੇਖ ਲੂਗੀ ਕਿ ਤੁਹਾਨੂੰ ਇਹ ਕੋਠੀ ਹੈਗੀ ਵੀ ਇਹ ਦੇਖ ਲੂਗੀ ਚੰਮੀ ਕੁਮਾਰ ਕਰਦੇ ਹੋ ਤੁਸੀਂ ਮੈਂ ਨਹੀਂ ਪਤਾ ਰੋਣਾ ਪਊਗਾ ਜੀ ਭਾਜੀ ਭਾਜੀ ਤਾਂ ਇਹੀ ਕੋਠੀ ਹੈ ਅਗਲੀ ਕਿਰਾਏ ਤੇ ਮੰਗਦੀ ਸੀ ਦੱਸ ਐ ਤਾਂ ਹੋਰ ਗੱਲ ਤਾਂ ਤੂੰ ਆਏਗਾ ਠੰਡੇ ਦਿਮਾਗ ਨਾਲ ਉੱਥੇ ਚੱਲ ਬਹਿ ਜਾ ਨਾਲੇ ਪਾਣੀ ਪੀ ਲੈ ਨਾਲੇ ਤੈਨੂੰ ਸਾਰੀ ਗੱਲ ਦੱਸਦਾ ਨਾ ਸੌਖੀ ਦਾ ਬਾਈ ਮੈਂ ਤਾਂ ਕਵੀ ਚ ਖੜ ਕੇ ਰੁੱਕੇ ਮਾਰ ਮਾਰ ਕੇ ਕਹੂੰਗੀ ਵੀ ਸੌਖੀ ਦਾ ਬਾਈ ਇੱਥੇ ਕਰ ਗਿਆ ਭਾਈ ਹੱਥ ਗਿਆ ਤੈਨੂੰ ਕਹਿਤਾ ਜਿਹਦੀ ਮਰਜ਼ੀ ਸੌਂ ਖਵਾ ਲੈ ਕਿਉਂ ਨਹੀਂ ਤੂੰ ਹਾਏ ਬੇਰਬਾ ਉਹ ਟੀਵੀ ਦੇ ਨਾਲ ਰੱਖ ਕੇ ਆਪ ਵੀ ਝੂਠਾ ਹੋ ਗਿਆ ਹੈ ਪਹਿਲਾਂ ਤਾਂ ਉਹ ਕਹਿੰਦੀ ਮੈਂ ਭੈਣੇ ਮੇਰੇ ਘਰ ਵਾਲੇ ਦੀ ਸੌਂ ਮੈਨੂੰ ਤਾਂ ਸੌਖੀ ਦੇ ਬਾਈ ਨੇ ਸੇੜਿਆ ਹੈਗਾ ਹੈ ਹੁਣ ਤੁਸੀਂ ਸੌਂ ਖਾ ਜਾਓਗੇ ਮੇਰੀ ਹੀ ਖਾਓਗੇ ਉਹ ਤਾਂ ਕਿਸੇ ਦੀ ਸੌਂ ਤੁਹਾਡੇ ਕੋਲ ਹੈ ਨਹੀਂ ਵੀ ਆਪੇ ਸੀ ਤਾਂ ਮਰ ਜਾਓਗੀ ਮੈਂ ਇੱਥੇ ਮੌਜ ਨਾਲ ਲਿਆ ਕਰੂੰਗਾ ਕਦੇ ਕਿਸੇ ਨੂੰ ਲਿਆ ਕਦੇ ਕਿਸੇ ਨੂੰ ਕਹਦੇ ਆਪ ਜੀ ਖਾ ਜਨ ਹਾਂ ਲੈ ਦੇਖ ਲੈ ਫੇਰ ਵੀ ਮਾਰੰਡੀ ਹੋਊਗੀ ਹਾਏ ਓਏ ਮੇਰੇ ਰੱਬਾ ਫੇ ਹੁਣ ਹੱਲ ਕੀ ਹੈ ਤੂੰ ਅੰਦਰ ਬਹਿ ਕੇ ਗੱਲ ਕਰਦੇ ਆ ਜਾ ਆ ਜਾ ਠੰਡਾ ਦਿਮਾਗ ਕਰ ਲੈ ਪਾਣੀ ਪਿਆ ਨਾ ਹੋਈ ਤੂੰ ਤਾਂ ਭਰਕ ਗਈ ਹਾਂ ਘਰ ਪੱਟੇ ਜਾਂਦੇ ਨੇ ਲੈ ਬਗ ਚੱਲ ਅੰਦਰ ਇੱਥੇ ਬਹਿ ਜਾ ਠੰਡੇ ਦਿਮਾਗ ਤੇ ਬਹਿ ਕੇ ਗੱਲ ਸੁਣ ਲੈ ਹਾਂ ਉਹੀ ਨਾ ਭਰਕਿਆ ਕਰ ਨਾਲੇ ਤੈਨੂੰ ਪੱਠਾ ਇਹੋ ਜਿਹਾ ਬੰਦਾ ਕਿੱਥੇ ਆ ਮੈਂ ਜਾਣਦੇ ਸੌਖੀ ਦੇ ਬਾਈ ਕਹੇ ਜਾਂ ਤੁਸੀਂ ਹੁਣ ਤਾਂ ਮੈਨੂੰ ਸਾਰੇ ਕਰਤੂਤਾਂ ਦਾ ਪਤਾ ਲੱਗ ਗਿਆ ਸੌਖੀਆਂ ਦਾ ਲੈ ਦੇਖ ਲੈ ਤੂੰ ਫੇਰ ਪੁੱਠਾ ਭੁੱਲੀ ਜਾਨੀ ਐ ਕਾਛੇ ਮਰਜ਼ੀ ਦੀ ਸ਼ੌਂਖ ਵਾ ਲੈ ਮੈਂ ਨਹੀਂ ਸ਼ੌਂਖ ਵਾਉਂਦੀ ਤੇਰੀ ਸ਼ੌਂਖ ਆ ਮਾਂ ਹਾਂ ਸ਼ੌਂਖ ਮੈਨੂੰ ਮੈਂ ਸਾਨੂੰ ਪਹਿਲੀ ਕਹਿਤਾ ਮੈਨੂੰ ਤਾਂ ਤੁਸੀਂ ਮਾਰ ਕੇ ਰਾਜੀ ਹੋ ਫਿਰ ਆਪਦੀ ਖਾ ਲੈਣਾ ਫਿਰ ਉੱਥੀ ਗੱਲ ਆ ਗਈ ਆਪਦੀ ਖਾ ਲੈਨੇ ਆ ਮੈਂ ਤਾਂ ਕਿਸੇ ਦੀ ਵੀ ਨਹੀਂ ਕਹਿੰਦੀ ਸੌਖੀ ਦੇ ਬਾਈ ਬਸ ਠੀਕ ਆ ਜਿਵੇਂ ਤੁਸੀਂ ਕਰਦੇ ਹੋ ਨਾ ਕਰੀ ਜਾਓ ਹੁਣ ਤੂੰ ਯਕੀਨ ਤਾਂ ਕਰ ਲੈ ਠੰਡੇ ਦਿਮਾਗ ਨਾਲ ਸੋਚ ਉਹ ਤਾਂ ਗਲੀ ਚ ਮਹਾਂ ਧੁੱਪ ਜ਼ਿਆਦੇ ਆ ਮੈਨੂੰ ਫੇਰ ਫੇਰ ਗੁੱਸਾ ਨਾ ਚੜਾਓ ਧੁੱਪ ਜ਼ਿਆਦੇ ਆ ਮੈਂ ਚਤਰੇ ਨੂੰ ਜਾਂਦੀ ਆ ਦੁਕਾਨ ਤੇ ਚਤਰੇ ਨੂੰ ਕਹਿੰਦੀ ਆ ਵੀ ਨਹੀਂ ਖੜਦਾ ਬੈੱਡ ਚੱਕ ਕੇ ਨਾਲੇ ਸੋਫੇ ਚੱਕ ਕੇ ਤੁਹਾਡੇ ਘਰੇ ਲੈ ਜਾ ਕਰੂੰ ਨਾਲੇ ਲੈ ਜਾ ਏਸੀ ਪੱਟ ਕੇ ਅੱਛਾ ਹਾਂ ਚਤਰ ਆਪਦੇ ਘਰੇ ਲਾ ਲੂਗਾ ਆਪਾਂ ਲੈ ਜਾਂਦੇ ਆ ਆਪਣੇ ਘਰੇ ਇੰਨਾ ਕੁਛ ਕਾਹਨੂੰ ਦੇਣਾ ਤੈਨੂੰ ਪਤਾ 40-45 ਹਜ਼ਾਰ ਤੋਂ ਵੱਧ ਨਹੀਂ ਆਉਂਦਾ ਏਸੀ ਬੈੱਡ ਨਹੀਂ ਆਉਂਦੇ ਤੁਹਾਡਾ ਕੀ ਪਤਾ ਹੈਗਾ ਉਹ ਕੰਮ ਤਾਂ ਕਰੂਗਾ ਉਹ ਖੇਤ ਗਾਹਾਂ ਜੀਰੀਆਂ ਲਾਵਾਂਗੇ ਉਦੋਂ ਕੰਮ ਕਰੂਗਾ ਅਗਲਾ ਕੰਮ ਤਾਂ ਕਰਾਊਗਾ ਹੈ ਜੇ ਆ ਏਸੀ ਲੈ ਕੇ ਜਾਊਗਾ ਨਾਲੇ ਬੈੱਡ ਲੈ ਕੇ ਜਾਊਗਾ ਉਹ ਸੌਪੜ ਕੀ ਕਰੂਗੀ ਜੇ ਕੀ ਪਤਾ ਤੁਹਾਡਾ ਉਹਨੂੰ ਚੁਕਾ ਦੋ ਤੁਸੀਂ ਮੇਰੀ ਗੱਲ ਤਾਂ ਸੁਣ ਲੈ ਤੂੰ ਕਹੀ ਤਾਂ ਜਾਨੀ ਐ ਜੇ ਚਤਰੇ ਦੇ ਏਸੀ ਲਵਾਤਾ ਕਰੇ ਏਸੀ ਚ ਉਹਨੂੰ ਪੈਣ ਦੀ ਰਾਮਦਾਰੀ ਬਸ ਫੇਰ ਤਾਂ ਕਰ ਲੈ ਕੰਮ ਫੇਰ ਨਹੀਂ ਉਹ ਆਣਾ ਕੰਮ ਤੇ ਫਿਰ ਮੈਂ ਤਾਂ ਚਤਰੇ ਦੀ ਡਿਊਟੀ ਲਾਉਂਗੀ ਉਰੇ ਹੈ ਚਤਰੇ ਦੀ ਡਿਊਟੀ ਲਾਉਂਗੀ ਉਰੇ ਤੂੰ ਜਿਹਦੀ ਮਰਜ਼ੀ ਡਿਊਟੀ ਲਾ ਦੇ ਤੁਸੀਂ ਨੇ ਉਰੇ ਆਉਣਾ ਨਹੀਂ ਤੁਹਾਨੂੰ ਕਹਿਤਾ ਮੈਂ ਇਸ ਕਰਕੇ ਤੁਸੀਂ ਨੇ ਆਉਣਾ ਨਹੀਂ ਹੈਗਾ ਮੈਂ ਆਪੀ ਆਜਾ ਕਰੂੰਗੀ ਅੱਛਾ ਤੂੰ ਆਇਆ ਕਰੀ ਹਾਂ ਆਪਦੇ ਆਪ ਨੂੰ ਤਾਂ ਹੁਣ ਆਪਦੇ ਵਕਤ ਕਹਿੰਦੀ ਮੈਂ ਆਇਆ ਕਰੂੰਗੀ ਕਿਉਂ ਮੈਂ ਕਿਉਂ ਤੁਸੀਂ ਮੈਨੂੰ ਦੇਖ ਲਿਓ ਮੈਂ ਇਕੱਲੀ ਬੈਠੂੰਗੀ ਕੌਣ ਬੈਠੂਗਾ ਮੇਰੇ ਲਵੇ ਮੈਂ ਤੁਹਾਡੇ ਵਰਗੀ ਆ ਲੈ ਦੇਖ ਲੈ ਮੈਨੂੰ ਇਹ ਲੱਗ ਰਹੀ ਹੈ ਮਾਰਾ ਕਹਿਣ ਹਲੇ ਹਾਂ ਹੋਰ ਤੁਸੀਂ ਚੰਗੇ ਹੋ ਕਦੇ ਉਹਨੂੰ ਰਾਚ ਕੇ ਲੱਕੇ ਸੇੜਨ ਲੱਗ ਜਾਂਦੇ ਨੇ ਕਦੇ ਉਦੋਂ ਸੁਪਨ ਉਹ ਵੀ ਮਿੱਠੇ ਮਰ ਕੇ ਨਾ ਭੈਣੇ ਮੈਂ ਤਾਂ ਮਖੌਲ ਕਰਦੀ ਸੀ ਨਾ ਭੈਣੇ ਮੈਂ ਤਾਂ ਮਖੌਲ ਕਰਦੀ ਸੀ ਹੈ ਆਹ ਮਖੌਲ ਹੁੰਦੇ ਨੇ ਹੁਣ ਵੀ ਮਖੌਲ ਕਰਦੀ ਸੀ ਰੋਟੀਆਂ ਖਵਾਤੀਆਂ ਉਹਨੂੰ ਕਿਉਂ ਕੀ ਗੱਲ ਉਹਦੇ ਬੜ ਰਹੇ ਨੇ ਉਹਦੇ ਮੇਰੀ ਸੁਪਨ ਦੀ ਉਹ ਮੈਂ ਤਾਂ ਉਹ ਨਾ ਲੈਟਾ ਕਿਤੇ ਉਹਨੂੰ ਭੁੱਖ ਲੱਗ ਰਹੀ ਸੀ ਖਾ ਗਈ ਆਹ ਉਹ ਭੁੱਖ ਲੱਗ ਰਹੀ ਸੀ ਫਿਰ ਬੰਦਾ ਵੀ ਕਰਦੇ ਭੁੱਖ ਲੱਗ ਰਹੀ ਸੀ ਫਿਰ ਬੰਦਾ ਵੀ ਉਹਦੀ ਭੁੱਖਾ ਮਰੂ ਬੜਾ ਪੰਗਾ ਗੱਲ ਸੁਣ ਮੇਰੇ ਨਾਲ ਕੋਈ ਗੱਲ ਨਹੀਂ ਹੈਗੀ ਉਹਦੇ ਨਾਲ ਉਹਦੀ ਤਾਂ ਚਤਰੇ ਨਾਲ ਗੱਲ ਹੈ ਤੈਨੂੰ ਪਤਾ ਤਾਂ ਹੈਗਾ ਸ਼ਰਾ ਆ ਦੇਖ ਹੁਣ ਚਤਰੇ ਤੇ ਦੇਖ ਗਊ ਵਰਗੇ ਮੁੰਡੇ ਦੇ ਦਾਗ ਲਾਤਾ ਕਹਿੰਦਾ ਹਾਂ ਉਹਦੇ ਚਤਰੇ ਨਾਲ ਗੱਲ ਚਤਰਾ ਨਹੀਂ ਇਹੋ ਜਿਹਾ ਹੈਗਾ ਹਾਏ ਓਏ ਮੇਰਾ ਰੱਬਾ ਤੁਸੀਂ ਫਰਕ ਭੋਰਦੇ ਉਹਨਾਂ ਤੇ ਹੁਣ ਤੈਨੂੰ ਕਿਵੇਂ ਸਮਝਾਵਾਂ ਕਿਵੇਂ ਸਮਝਾਵਾਂ ਵੀ ਚਤਰੇ ਨਾਲ ਹੈਗੀ ਆ ਦੀ ਗੱਲ ਮੇਰੀ ਗੱਲ ਸੁਣ ਸੁੱਕੀ ਦੀ ਬਾਈ
ਚਤਰੇ ਨਾਲ ਹੋਵੇ ਨਾ ਹੋਵੇ ਮੈਂ ਤਾਂ ਪਰ ਯਕੀਨ ਮੰਨਦੀ ਨੀ ਹੈਗੀ ਚਤਰੇ ਨਾਲ ਗੱਲ ਆ ਠੀਕ ਆ ਜੇ ਹੋਊਗੀ ਤਾਂ ਸਾਡਾ ਸਟਾਂਕ ਆ ਤੇਰੇ ਦਾ ਸਾਰਾ ਗੁੱਸਾ ਫਿਰ ਮੈਂ ਕੀ ਕਿਹਾ ਤੈਨੂੰ ਤੂੰ ਤਾਂ ਉਹੀ ਸ਼ੱਕ ਕਰੀ ਜਾਂਦੀ ਹੈ ਦਿਮਾਗ ਮੇਰਾ ਦਿਮਾਗ ਨਾ ਖਰਾਬ ਕਰਨ ਇਹ ਤਾਂ ਤੂੰ ਤੁਸੀਂ ਵਗ ਜਾਓ ਮੈਂ ਤਾਂ ਜਾਂਦੀ ਨਹੀਂ ਤਾਂ ਤੁਸੀਂ ਜਾਓ ਜਾਂ ਦੁਕਾਨ ਤੇ ਜਾਓ ਨਾਲੇ ਉਹਦੀ ਚਤਰੀ ਰੋਟੀ ਰੋਟੀ ਕਿੱਥੇ ਗਈ ਰੋਟੀ ਤਾਂ ਉਹ ਖਵਾ ਦੀ ਹੁਣ ਲਿਆ ਕਰੂੰ ਢਾਬੇ ਤੇ ਖਵਾ ਦੀ ਰੋਟੀ ਮੈਂ ਵੀ ਚਾਹ ਸੀ ਭੋਰਾ ਉਹ ਛਾਰੀ ਬਾਹਰ ਮਾਰੀ ਮੈਨੂੰ ਕੋਈ ਪਤਾ ਨਹੀਂ ਚਲੋ ਇੱਥੇ ਖੜਾ ਹੋ ਜਾਓ ਦੇਖੀ ਮਗਰੋਂ ਹੋਰ ਇਹਨਾਂ ਛਾਪਾ ਸ਼ੇਰ ਦੀ ਕਿਤੇ ਕੱਲਾ ਰਹਿ ਜਾ ਮੇਰੇ ਤਾਂ ਦੁਸ਼ਮਣ ਮਰਨਾ ਮੈਂ ਨੀ ਮਰਦੀ ਹੈਗੀ ਆ ਹੈ ਵਗ ਜਾ ਸੋਕੀ ਦੇ ਬਈ ਵਗ ਜਾ ਨਾ ਗੁੱਸਾ ਚੜਾ ਮੈਨੂੰ ਮੈਨੂੰ ਜਮੀ ਯਕੀਨ ਨੀ ਹੈਗਾ ਵਗ ਜਾਓ ਮੇਰਾ ਮੂਡ ਖਰਾਬ ਵਗ ਜਾਓ ਰੱਬਾ ਹੁਣ ਤੁਸੀਂ ਜਾਂਦੇ ਨੀ ਹੁਣ ਮੈਂ ਫਾਂਸੀ ਲੈ ਲੂੰਗੀ ਉਰੇ ਮੇਰੇ ਹੁੰਦੇ ਫਾਂਸੀ ਕਿਵੇਂ ਲੈ ਲੈਣੀ ਵਗ ਜਾਓ ਮੈਂ ਕਿਵੇਂ ਫਾਂਸੀ ਲੈਣ ਦੇ ਦੂੰਗਾ ਮੈਨੂੰ ਬੋਲਦਾ ਮੈਂ ਤਾਂ ਇਹ ਕਿਹਾ ਮੈਂ ਕਹਿ ਚੁਣ ਮੰਨ ਮੰਨ ਜਾ ਤੂੰ ਰੋਨੀ ਗਾ ਤੂੰ ਹੁਣ ਕੀ ਹੋ ਗਿਆ ਤੈਨੂੰ ਹੈ ਰੋਣ ਲੱਗ ਗਈ ਕਿਵੇਂ ਮਨਾਵਾ ਕਦੇ ਤਾਂ ਰੋਣ ਲੱਗ ਜਾਂਦੀ ਹੈ ਕਦੇ ਗੁੱਸੇ ਚ ਆ ਜਾਂਦੀ ਹੈ ਬੀਪੀ ਵਧਾ ਲੈਂਦੀ ਹੈ ਸੁਣਦਾ ਨੀ ਨਾ ਰੋ